ਸ਼੍ਰੀ ਨਾਨਕ ਪਦ ਪੰਕਜ ਵੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰੁ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਗੁਰੂ ਹਰ ਰਾਇ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਗੁਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਿਸਾਲਾ ਤਰੋਂ ਤਰਾ ਤਾਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹ ਅਮਰਤ ਗਿਆਨ ਸਾਹਿਬ ਜੀ ਪ੍ਰਭ ਕੋ ਪ੍ਰੇਮੀ ਮਿਲਤ ਨ ਭਇਓ ਤਿਮਹੀ ਕਰਤ ਬਹੁਤ ਦਿਨ ਗਾਇਓ ਨਗਨ ਸਾਧ ਕੇ ਬਸਨ ਬਣਾਵੈ ਪਨਹੀ ਯਾਦ ਦੇਖ ਪਹਿਨਾਵੈ ਪ੍ਰਭ ਕੋ ਪ੍ਰੇਮੀ ਮਿਲਤ ਨ ਭਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗ ਜੁਗ ਅਕਾਲ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਦੇਗ ਤੇਗ ਦੇ ਧਨੀ ਸਤਿਗੁਰੂ ਨਵੇਂ ਪਾਤਸ਼ਾਹ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਯਾਤਰਾ ਕਰਕੇ
ਸੇਵਾਵਾਂ ਕਰਕੇ ਜੀਵਨ ਸਫਲ ਬਣਾ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਪਾਤਸ਼ਾਹ ਜੀ ਦੀ ਰਹਿਮਤ ਦਾ ਸਦਕਾ ਆਪਾਂ ਨੂੰ ਇਹ ਦਰਸ਼ਨ ਮੇਲੇ ਪ੍ਰਾਪਤ ਹੋਏ ਹਨ। ਸਤ ਸੰਗਤ ਦੇ ਗੁਰੂ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਇਤਿਹਾਸ ਕਥਾ ਦੇ ਪ੍ਰਸੰਗ ਆਪਾਂ ਜੋ ਪਿਛਲੇ ਸਮੇਂ 'ਚ ਸਰਵਣ ਕੀਤੇ ਨੇ, ਗੁਰੂ ਹਰਿ ਸਾਹਿਬ ਜੀ ਦੇ ਜੀਵਨ ਦੇ ਪ੍ਰਸੰਗ ਦੇ ਅੰਦਰ ਦਾਰਾ ਸ਼ਕੋ ਸਰਮਦ ਰਿਖੀ ਸਰਮਦ ਫਕੀਰ ਇਹਨਾਂ ਦੇ ਵੇਰਵੇ ਕਵੀ ਜੀ ਨੇ ਨਾਲ ਦਿੱਤੇ ਹਨ। ਔਰੰਗਜ਼ੇਬ ਦਾ ਜ਼ੁਲਮ ਵਿਖਾਇਆ ਹੈ ਵੀ ਜਦੋਂ ਦਾਰਾ ਸ਼ਕੋ ਫਕੀਰ ਵਾਹਿਗੁਰੂ ਦਾਰਾ ਸ਼ਕੋ ਜੋ ਪਾਤਸ਼ਾਹ ਹੈ ਦਿੱਲੀ ਦਾ ਉਸਨੂੰ ਪਕੜ ਕੇ ਲੈ ਕੇ ਆਉਂਦਾ ਗਿਆ ਅਤੇ ਜਿੰਨੇ ਵੀ ਦਰਵੇਸ਼ ਨੇ ਜਿੰਨੇ ਵੀ ਫਕੀਰ ਮਿਲਾਣੇ ਹਨ ਉਹਨਾਂ ਨੂੰ ਚਿੱਠੀ ਲਿਖ ਕੇ ਔਰੰਗਜ਼ੇਬ ਨੇ ਭੇਜੀ ਸਹਿਮਤੀ ਲੈਣ ਲਈ ਵੀ ਇਹ ਸ਼ਰ੍ਹਾਂ ਦੇ ਕਾਨੂੰਨ ਤੋਂ ਬਾਹਰ ਹੈ, ਮੈਂ ਇਹਨੂੰ ਮਾਰਨਾ ਚਾਹੁੰਦਾ ਅਤੇ ਜਿਹੜਾ ਜਿਹੜਾ ਮੇਰੇ ਨਾਲ ਸਹਿਮਤ ਹੈ ਉਹ ਆਪਣੇ ਦਸਤਖਤ ਕਰੋ। ਤਕਰੀਬਨ ਸਾਰਿਆਂ ਨੇ ਸਾਈਨ ਸਿਗਨੇਚਰ ਕਰ ਦਿੱਤੇ, ਹਾਮੀ ਭਰ ਦਿੱਤੀ ਕੁਝ ਫਕੀਰਾਂ ਨੂੰ, ਕੁਝ ਰੱਬ ਦੇ ਪਿਆਰਿਆਂ ਨੂੰ ਛੱਡ ਕੇ ਉਹਨਾਂ ਨੇ ਇਹ ਵੀ ਲਿਖ ਦਿੱਤਾ ਵੀ ਇਹ ਔਰੰਗਜ਼ੇਬ ਦਾਰਾ ਸ਼ਕੋ ਤਾਂ ਭਲਾ ਪੁਰਖ ਹੈ ਪਰ ਜਿਹੜਾ ਉਹਨੂੰ ਦਿਖਾਵੇਗਾ ਸ਼ਰ੍ਹਾਂ ਦੇ ਵਿੱਚ ਉਹਨੂੰ ਸਜ਼ਾ ਮਿਲੇਗੀ। ਇਹ ਸ਼ਰ੍ਹਾਂ ਕਹਿੰਦੀ ਹੈ, ਕਾਨੂੰਨ ਕਹਿੰਦਾ ਇਸਲਾਮ ਦਾ। ਉਹਨਾਂ ਦੀਆਂ ਗੱਲਾਂ ਸੁਣ ਕੇ ਸੜ ਬਲ ਗਿਆ, ਕਈ ਤਾਂ ਕਹਿੰਦੇ ਮਰਵਾ ਵੀ ਦਿੱਤੇ, ਜਿਨ੍ਹਾਂ ਦੇ ਵਿੱਚੋਂ ਸਰਮਦ ਫਕੀਰ ਵਰਗੇ ਪ੍ਰਸਿੱਧ ਫਕੀਰ ਹੋਏ ਹਨ। ਅਤੇ ਇਸ ਪ੍ਰਕਾਰ ਦੇ ਨਾਲ ਦਾਰਾ ਸ਼ਕੋ ਨੂੰ ਵੀ ਅਖੀਰ ਮਾਰਨ ਦਾ ਹੁਕਮ ਸੁਣਾਇਆ। ਉਹ ਇੱਦਾਂ ਹੋਇਆ ਵੀ ਸਰਮਦ ਫਕੀਰ ਰੋਜ਼ ਹੀ ਕਹੇ ਵੀ ਅਸੀਂ ਪਾਤਸ਼ਾਹੀ ਦੇ ਦਿੱਤੀ ਹੈ, ਦਾਰਾ ਸ਼ਕੋ ਨੂੰ ਅਸੀਂ ਅਵਿਨਾਸ਼ੀ ਰਾਜ ਦੇ ਦਿੱਤਾ। ਔਰੰਗਜ਼ੇਬ ਸੁਣ ਕੇ ਸੜ ਬਲ ਗਿਆ, ਕਹਿੰਦਾ ਵੀ ਇਹਨੂੰ ਅੱਜ ਹੀ ਖੋਤੇ 'ਤੇ ਚੜ੍ਹਾ ਕੇ ਦਾਰਾ ਸ਼ਕੋ ਨੂੰ ਦਿੱਲੀ 'ਚ ਫੇਰੋ। ਬਹੁਤਿਆਂ ਦੇ ਕਹਿਣ 'ਤੇ ਵੀ ਪਾਤਸ਼ਾਹ ਦੇ ਪੁੱਤਰ ਜਿਹੜੇ ਨੇ ਖੋਤਿਆਂ ਦੇ ਨਹੀਂ ਚੜ੍ਹਾਏ ਜਾਂਦੇ, ਫਿਰ ਹਾਥੀ 'ਤੇ ਚੜ੍ਹਾ ਕੇ ਫੇਰਨ ਨੂੰ ਕਿਹਾ। ਅਤੇ ਇਸ ਤੋਂ ਬਾਅਦ 12 ਦਿੱਲੀ ਦੇ ਦਰਵਾਜ਼ਿਆਂ 'ਚ ਫੇਰ ਕੇ ਜਿੱਥੇ ਸਰਮਦ ਫਕੀਰ ਦਾ ਟਿਕਾਣਾ ਹੈ ਉੱਥੇ ਗਏ। ਔਰੰਗਜ਼ੇਬ ਦੇ ਹੁਕਮ ਨਾਲ ਸਿਪਾਹੀ ਵੀ ਆ ਵੇਖ ਫਕੀਰਾ ਤੂੰ ਝੂਠ ਹੀ ਬੋਲਦਾ ਸੀ ਵੀ ਅਸੀਂ ਦਾਰਾ ਸ਼ਕੋ ਨੂੰ ਅਵਿਨਾਸ਼ੀ ਰਾਜ ਬਖਸ਼ ਦਿੱਤਾ, ਅੱਜ ਤਾਂ ਇਹਦੇ ਪ੍ਰਾਣ ਵੀ ਨਹੀਂ ਲੱਭਣੇ ਜਿਹਨੂੰ ਤੂੰ ਪਾਤਸ਼ਾਹ ਕਹਿੰਦੇ ਬਣਾਉਣਾ ਹੈ। ਅਤੇ ਫਕੀਰ ਵੇਖ ਕੇ ਤੇ ਰੋ ਪਿਆ। ਫਿਰ ਦਾਰਾ ਸ਼ਕੋ ਨੇ ਸਰਮਦ ਫਕੀਰ ਨੂੰ ਹੌਂਸਲਾ ਦਿੱਤਾ ਵੀ ਝੂਠੇ ਸਰੀਰ ਦਾ ਫਕੀਰ ਜੀ ਕਿਉਂ ਤੁਸੀਂ ਮੋਹ ਕਰਦੇ ਹੋ, ਜਿਹੜੀ ਚੀਜ਼ ਸਾਰੀ ਉਮਰ ਆਪ ਦ੍ਰਿੜ ਕ੍ਰੀਤ ਕੀਤੀ ਹੈ, ਹੋਰਾਂ ਨੂੰ ਦ੍ਰਿੜ ਕਰਾ ਕੇ ਕਈਆਂ ਦਾ ਮੋਹ ਛਡਾਇਆ ਹੈ, ਹੁਣ ਉਹੀ ਮਰਿਆਦਾ ਸੰਭਾਲੋ। ਅਤੇ ਫਿਰ ਫਕੀਰ ਹੌਂਸਲੇ 'ਚ ਆਇਆ, ਉਹਨੇ ਕਿਹਾ ਵੀ ਅਸੀਂ ਦਾਰਾ ਸ਼ਕੋ ਨੂੰ ਪਾਤਸ਼ਾਹ ਕਰ ਦਿੱਤਾ ਹੈ, ਅਵਿਨਾਸ਼ੀ ਪਾਤਸ਼ਾਹ। ਅਤੇ ਕਹਿੰਦੇ ਵੀ ਦਾਰਾ ਸ਼ਕੋ ਜੀ ਤੁਸੀਂ ਚੱਲੋ ਤੁਹਾਡੇ ਮਗਰ ਹੀ, ਅਸੀਂ ਵੀ ਤੁਹਾਡੇ ਨਾਲ ਅੱਲਾਹ ਦੇ ਹਜ਼ੂਰ ਖੁਦਾ ਦੇ ਹਜ਼ੂਰ ਆਣ ਪਹੁੰਚਾਂਗੇ। ਇਵੇਂ ਦਾਰਾ ਸ਼ਕੋ ਨੂੰ ਲਿਆ ਕੇ ਜਲਾਦ ਨੇ ਜਿੱਥੇ ਨੀਯਤ ਕੀਤਾ ਸੀ ਤਿੱਖੀ ਤਲਵਾਰ ਦੇ ਨਾਲ ਸਿਰ ਧੜ ਤੋਂ ਅਲੱਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਅਤੇ ਜਦੋਂ ਸਰਮਦ ਫਕੀਰ ਦਾ ਜ਼ਿਕਰ ਆਇਆ ਉਦੋਂ ਜਿਹੜੇ ਕਥਾ ਸੁਣ ਰਹੇ ਸਨ ਸਿੰਘ, ਉਹਨਾਂ ਬਾਬਾ ਰਾਮ ਕੌਰ ਜੀ ਨੂੰ ਕਿਹਾ ਵੀ ਸਾਨੂੰ ਇਹਦੀ ਕਥਾ ਵੀ ਦੱਸੋ ਵੀ ਇਹ ਫਕੀਰ ਕੌਣ ਹੋਇਆ। ਉਹਨਾਂ ਨੇ ਫਿਰ ਇਹਦੀ ਕਥਾ ਵੀ ਸੁਣਾਈ।
ਵੀ ਇੱਕ ਅਮੀਰ ਮਾਂ ਬਾਪ ਦੇ ਘਰ ਵਿੱਚ ਇਕਲੌਤਾ ਪੁੱਤਰ ਜੰਮਿਆ ਸਰਮਦ, ਬੜੇ ਮਾਇਆਧਾਰੀ ਸਨ ਮਾਈ ਬਾਪ। 20 ਵਰਿਆਂ ਦਾ ਜਦੋਂ ਹੋਇਆ, ਮਾਤਾ ਪਿਤਾ ਚੜ੍ਹਾਈ ਕਰ ਗਏ ਅਤੇ ਭਾਗ ਜਾਗੇ ਦੇ ਪੈਸੇ ਦੇ ਨਾਲ ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਪਿਆ। ਸੋਹਣੇ ਮਕਾਨ ਆਏ ਵੇ ਫਕੀਰ ਮਹਾਤਮਾ ਦੇ ਰਾਤ ਠਹਿਰਨ ਲਈ ਬਣਾ ਦਿੱਤੇ। ਫਿਰ ਜਿਹੜਾ ਵੀ ਆਉਂਦਾ ਇਹ ਸੇਵਾ ਹੱਥੀਂ ਕਰਦਾ, ਮੁੱਠੀ ਚਾਪੀ ਕਰਦਾ, ਪੱਖਾ ਝੱਲਦਾ, ਸਿਆਲ ਹੋਵੇ ਅੱਗ ਬਾਲ ਕੇ ਸੇਕ ਦਿੰਦਾ, ਫਿਰ ਦੂਰ ਤਾਂ ਹੀ ਨਾਲ ਛੱਡਣ ਜਾਂਦਾ ਹੈ ਅਤੇ ਪੁੱਛਦਾ ਹੈ ਫਿਰ ਬੇਨਤੀ ਕਰਕੇ ਵੀ ਜੇ ਤੁਸੀਂ ਖੁਦਾ ਦਾ ਰਾਹ ਲੱਭਾ ਹੈ ਤਾਂ ਫਕੀਰ ਜੀ ਸੰਤ ਜੀ ਮੈਨੂੰ ਵੀ ਉਹ ਰਾਹ ਵਿਖਾਓ। ਅਤੇ ਅੱਗੋਂ ਫਿਰ ਮਹਾਤਮਾ ਕਹਿੰਦੇ ਵੀ ਅੱਲਾਹ ਦਾ ਨਾਮ ਪਵਿੱਤਰ ਹੈ, ਉਹ ਜਪਿਆ ਕਰ, ਸੰਗਤ ਦੇ ਵਿੱਚ ਮਿਲ ਕੇ ਰਿਹਾ ਕਰ। ਇੱਦਾਂ ਦੀ ਸਿੱਖਿਆ ਸਰਮਦ ਨੂੰ ਦੇ ਕੇ ਜਾਂਦੇ ਨੇ ਅਤੇ ਜਿਵੇਂ ਕਰਦਿਆਂ ਹੋਇਆਂ ਇਹਦੇ ਜੀਵਨ 'ਚ ਪਲਟਾ ਹੁੰਦਾ ਹੈ ਅਤੇ ਔਰੰਗਜ਼ੇਬ ਬਾਦਸ਼ਾਹ ਜਿਵੇਂ ਇਹਨੂੰ ਵੀ ਕਤਲ ਕਰਾਉਂਦਾ। ਇਹ ਕਥਾ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਇੱਥੋਂ ਤੀਕਰ ਆਪਾਂ ਕੱਲ੍ਹ ਸਾਖੀ ਸੁਣੀ ਹੈ। ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਗੁਰੂ ਹਰਿ ਰਾਏ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਧਰੋ। ਸਾਰੀ ਸੰਗਤ ਦੀ ਰਸਨਾ ਕਰੋ, ਪਵਿੱਤਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੋ ਪ੍ਰੇਮੀ ਮਿਲਤ ਨ ਭਾਇਓ। ਸਤ ਸੰਗਤ ਜੀ, ਦਾਰਾਸ਼ ਕੋ ਹਰ ਆਏ ਗਏ ਮਹਾਤਮਾ ਦੀ ਸੇਵਾ ਵੀ ਕਰਦਾ ਏ ਅਤੇ ਜਦੋਂ ਛੱਡਣ ਜਾਂਦਾ ਵਿਦਿਆ ਕਰਨ, ਦੂਰ ਤੀਕਰ ਨਾਲ ਜਾਂਦਾ ਸਰਮਦ ਫਕੀਰ ਅਤੇ ਇਹ ਪੁੱਛਦਾ ਵੀ ਮੈਨੂੰ ਵੀ ਖੁਦਾ ਦੇ ਰਾਹ ਦੇ ਤੋਰੋ। ਬੜਿਆਂ ਨੂੰ ਪੁੱਛਿਆ ਹੈ, ਪਰ ਜਿਹੜਾ ਪੂਰਾ ਅੰਦਰੋਂ ਮਿਲਿਆ ਹੈ ਨਾ, ਜਿਹੜਾ ਬਿਲਕੁਲ ਅੰਦਰੋਂ ਪ੍ਰੇਮੀ ਹੋ ਗਿਆ ਖੁਦਾ ਦਾ, ਜਿਹਦੀ ਅੰਦਰ ਦੀ ਪਰਮੇਸ਼ੁਰ ਅਕਾਲ ਪੁਰਖ ਦੇ ਨਾਲ ਗੰਢ ਪੈ ਗਈ, ਅੰਦਰੋਂ ਇੱਕਮਿੱਕ ਸਰੂਪ ਹੋ ਗਿਆ, ਉਹ ਸਾਧੂ ਦੇ ਦਰਸ਼ਨ ਨਹੀਂ ਹੋਏ ਬੜੇ ਲੰਮੇ ਸਮੇਂ ਤੀਕਰ। ਕਹਿੰਦੇ ਇੱਦਾਂ ਹੀ ਸੇਵਾ ਕਰਦੇ ਹਾਂ, ਬੜੇ ਦਿਨ ਚਲੇ ਗਏ ਵੀ ਕੋਈ ਮਹਾਤਮਾ ਆਉਂਦਾ ਨੂੰ ਘਰੇ ਰੱਖਦਾ, ਰਾਤ ਸੇਵਾ ਕਰਦਾ, ਦਿਨੇ ਤੋਰਨ ਜਾਂਦਾ, ਫਿਰ ਪੁੱਛਦਾ ਏ ਵੀ ਖੁਦਾ ਦਾ ਮਹਾਰਾਜ ਰਾਹ ਵਿਖਾਓ ਮੈਨੂੰ, ਅਤੇ ਉਹ ਆਪੋ ਆਪਣੇ ਤਜਰਬੇ ਜੇ ਕਹਿ ਜਾਂਦੇ, ਪਰ ਬਿਲਕੁਲ ਮਿਲਿਆ ਹੋਇਆ ਕੋਈ ਪ੍ਰਾਪਤ ਨਹੀਂ ਹੋਇਆ। ਸੋ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਫਕੀਰ ਦਾ। ਅਜੇ ਕੋਈ ਸਾਧੂ ਘਰ ਵਿੱਚ ਰਾਤ ਆਇਆ, ਵੇਖਦਾ ਨਾ ਵੀ ਇਹਦੇ ਵਸਤਰ ਪਾਟੇ ਹੈ, ਨਗਨ ਹੈ, ਵੀ ਬਹੁਤੇ ਕੱਪੜੇ ਚੰਗੇ ਨਹੀਂ ਹੈ, ਵੀ ਪਾਟੇ ਜੇ ਕੱਪੜੇ ਆ ਨਾ, ਨੰਗਾ ਜਿਹਾ ਸਰੀਰ ਲੈ ਕੇ ਫਿਰ ਰਿਹਾ ਹੈ, ਤਾਂ ਉਹਦੇ ਸਰਮਦ ਇਹ ਨੌਜਵਾਨ ਕੀ ਕਰਦਾ ਹੈ ਵੀ ਨਵੇਂ ਵਸਤਰ ਬਣਾ ਦਿੰਦਾ, ਨਵੀਂ ਚਾਦਰ ਲਾਉਣ ਨੂੰ, ਉੱਪਰ ਲੈਣ ਨੂੰ ਚੰਗੇ ਕੱਪੜੇ ਹਾਜ਼ਰ ਕਰਦਾ ਹੈ ਵੀ ਸੰਤ ਜੀ ਆਹ ਪਹਿਨੋ। ਜੇ ਕੋਈ ਵੇਖਦਾ ਮਹਾਤਮਾ ਆਇਆ ਵੀ ਇਹਦੇ ਚਰਨਾਂ 'ਚ ਪਾਉਣ ਨੂੰ ਜੋੜਾ ਨਹੀਂ ਹੈ, ਉਹਨੂੰ ਨਵੀਂ ਜੁੱਤੀ ਨਵਾਂ ਜੋੜਾ ਬਣਵਾ ਕੇ ਅਤੇ ਬੜੇ ਪਿਆਰ ਨਾਲ ਬੇਨਤੀਆਂ ਕਰਕੇ ਕਹਿੰਦਾ ਵੀ ਸੰਤ ਜੀ ਆਹ ਚਰਨਾਂ 'ਚ ਪਹਿਨਿਆ ਕਰੋ। ਰਾਹ ਦੇ ਵਿੱਚ ਆਉਂਦਿਆਂ ਜਾਂਦਿਆਂ ਕੋਈ ਰੋੜਾ ਕੰਡਾ ਨਹੀਂ ਵੱਜਦਾ। ਇਸ ਤਰ੍ਹਾਂ ਇਹ ਸਰਮਦ ਸੇਵਾ ਕਰਦਾ ਏ ਅਤੇ ਆਏ ਗਏ ਸਾਧੂਆਂ ਦੇ ਪੈਰਾਂ ਵਿੱਚ ਜੋੜੇ ਦੀ ਸੇਵਾ ਕਰਕੇ ਜੋੜਾ ਪਹਿਨਾ ਦਿੰਦਾ ਏ। ਜਿਹੜਾ ਵੀ ਇਹਦੇ ਘਰ ਵਿੱਚ ਆਉਂਦਾ ਏ ਉਹਨੂੰ ਖੁਦਾ ਦਾ ਹੀ ਮਾਰਗ ਪੁੱਛਦਾ,
ਹੋਰ ਕੋਈ ਭਾਵਨਾ ਨਹੀਂ ਸਰਮਦ ਦੀ। ਹਰ ਇੱਕ ਨੂੰ ਕਹਿੰਦਾ ਵੀ ਮੈਨੂੰ ਖੁਦਾ ਦਾ ਮਾਰਗ ਦੱਸੋ ਵੀ ਖੁਦਾ ਦੇ ਨਾਲ ਮੇਲ ਮਿਲਾਪ ਕਿਵੇਂ ਹੁੰਦਾ ਹੈ। ਰਾਤ ਵੀ ਸੇਵਾ ਕਰਦਾ, ਦਿਨੇ ਵੀ ਸੇਵਾ ਕਰਦਾ, ਰਾਤ ਦਿਨ ਸਾਧੂ ਮਹਾਤਮਾ ਦੀ ਸੇਵਾ ਕਰਦਾ ਏ। ਤੇ ਇਸ ਪ੍ਰਕਾਰ ਨੇਤੀ ਨਵੇਂ ਤੋਂ ਨਵੇਂ ਮਹਾਤਮਾ ਜਾਂ ਇੱਧਰ ਆਉਂਦੇ ਜਾਂਦੇ ਯਾਤਰਾ ਕਰਦੇ ਵਿਚਰਦੇ ਹੋਏ ਸਰਮਦ ਦੇ ਘਰ ਦੇ ਵਿੱਚ ਆਉਂਦੇ ਹਨ। ਤੇ ਸਾਰਿਆਂ ਦੀ ਬੜੀ ਖਿਜਮਤਦਾਰੀ, ਸਭ ਦੀ ਆਓ ਭਗਤ ਭਾਵਨਾ ਨਾਲ ਸੇਵਾ ਕਰਦਾ ਹੈ ਤੇ ਰਝਾ ਲੈਂਦਾ ਭਾਵ ਖੁਸ਼ ਕਰਦਾ। ਜਿੱਥੇ ਵੀ ਜਾਂਦੇ ਨੇ ਇਹੀ ਕਹਿੰਦੇ ਵੀ ਸਰਮਦ ਨੌਜਵਾਨ ਹੈ ਇੱਕ, ਉਹ ਭਾਈ ਆਏ ਗਏ ਮਹਾਤਮਾ ਦੀ ਤਾਂ ਰਾਤ ਦਿਨ ਇੱਕ ਕਰਕੇ ਸੇਵਾ ਕਰ ਦਿੰਦਾ, ਬਹੁਤ ਹੀ ਪਿਆਰ ਕਰਦਾ, ਐਵੇਂ ਪ੍ਰਸੰਨ ਹੋ ਕੇ ਜਾਂਦੇ ਸਭ। ਤੇ ਫਿਰ ਜੇ ਇਹਦੀ ਮਰਿਆਦਾ ਹੈ ਵੀ ਜਿਹੜਾ ਵੀ ਆਇਆ ਉਹਨੂੰ ਵਿਦਿਆ ਕਰਨ ਦੂਰ ਤੀਕਰ ਨਾਲ ਜਾਂਦਾ ਸਤਿਕਾਰ ਵਜੋਂ, ਤੇ ਸਰਮਦ ਜਦੋਂ ਵਿਦਿਆ ਕਰਨ ਨਾਲ ਦੀ ਨਾਲ ਹੀ ਕਿਸੇ ਸਾਧੂ ਮਹਾਤਮਾ ਦੇ ਜਦੋਂ ਦੂਰ ਬਾਹਰ ਆਉਂਦਾ ਹੈ, ਉਸ ਵੇਲੇ ਮੁੜਨ ਤੋਂ ਪਹਿਲਾਂ ਨਮਸਕਾਰ ਕਰਕੇ ਆਪਣੇ ਘਰ ਨੂੰ ਆਉਣ ਤੋਂ ਪਹਿਲਾਂ ਸਾਰਿਆਂ ਕੋਲੋਂ ਖੁਦਾ ਦਾ ਰਾਹ ਪੁੱਛਦਾ ਹੈ ਵੀ ਸੰਤ ਜੀ ਖੁਦਾ ਦਾ ਘਰ ਦੱਸੋ ਕੈਸਾ ਏ। ਕਹਿੰਦੇ ਇਸ ਤਰ੍ਹਾਂ ਹੀ ਇੱਕ ਦਿਨ ਫਕੀਰ ਆਇਆ ਕੋਈ, ਉਹਦਾ ਨਾਂ ਸ਼ਾਹ ਹੁਸੈਨ ਹੈ। ਜਿਵੇਂ ਸ਼ਾਹ ਹੁਸੈਨ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਵੀ ਹੋਇਆ, ਇਹਦਾ ਫਕੀਰ ਦਾ ਨਾਂ ਵੀ ਸ਼ਾਹ ਹੁਸੈਨ ਹੈ ਤੇ ਜਾਂ ਕੋਈ ਹੋਰ ਵੀ ਨਾਂ ਹੋ ਸਕਦਾ। ਐਸਾ ਇੱਕ ਮਹਾਤਮਾ ਇੱਕ ਫਕੀਰ ਇਸ ਸਰਮਦ ਦੇ ਘਰ ਵਿੱਚ ਆਇਆ, ਆਏ ਪੂਰਨ ਸੀ ਬ੍ਰਹਮ ਗਿਆਨੀ। ਸੰਤ ਤਾਂ ਸਾਰੇ ਜਿਹੜੇ ਨੇ ਕੋਈ ਨਾ ਕੋਈ ਕਮਾਈ ਵੱਲ ਲੱਗੇ ਹੀ ਸੀ ਜਿੰਨੇ ਵੀ ਆਏ ਨੇ, ਪਰ ਹਜੇ ਪਹੁੰਚ ਜਿੰਨੀ ਜਿੰਨੀ ਹੈ ਕਿਸੇ ਦੀ ਓਨਾ ਹੀ ਉਹ ਦੱਸ ਸਕਦਾ ਸੀ ਨਾ। ਅਤੇ ਇਹ ਸ਼ਾਹ ਹੁਸੈਨ ਫਕੀਰ ਜਦੋਂ ਆਇਆ, ਇਹ ਪੂਰਨ ਸੰਤ ਹੈ, ਅੰਦਰੋਂ ਪੂਰਨ ਗਿਆਨ ਹੈ। ਜਿਵੇਂ ਹੋਰ ਆਏ ਗਏ ਮਹਾਤਮਾ ਦੀ ਸਰਮਦ ਸੇਵਾ ਕਰਦਾ ਹੈ, ਉਸੇ ਤਰ੍ਹਾਂ ਸ਼ਾਹ ਹੁਸੈਨ ਦੀ ਸੇਵਾ ਵੀ ਬੜੇ ਪਿਆਰ ਨਾਲ ਕੀਤੀ। ਸ਼ਗਨ ਛਕਾਉਣ ਦੇ ਲਈ ਭੋਜਨ ਪ੍ਰਸ਼ਾਦਾ ਦਿੱਤਾ ਹੈ, ਫਿਰ ਵਿਸ਼ਰਾਮ ਕਰਨ ਦੇ ਸਮੇਂ ਪੈਰ ਘੁੱਟੇ ਸਾਧੂਆਂ ਦੇ, ਸ਼ਾਹ ਹੁਸੈਨ ਦੇ ਹੋਰ ਨਾਲ ਦੇ ਸੰਤ ਜਿਹੜੇ ਸਨ ਉਹਨਾਂ ਦੇ ਚਰਨ ਘੁੱਟਣ ਦੀ ਸੇਵਾ ਕੀਤੀ ਵੀ ਸਾਧੂ ਆਏ ਨੇ ਰਸਤੇ ਵਿੱਚ ਥੱਕੇ ਹੋਣਗੇ, ਤੇ ਬਹੁਤ ਸੇਵਾ ਕਰਕੇ ਸ਼ਾਹ ਹੁਸੈਨ ਨੂੰ ਸਰਮਦ ਨੇ ਖੁਸ਼ ਕਰ ਲਿਆ। ਮਹਾਤਮਾ ਪ੍ਰਸੰਨ ਹੋ ਗਏ ਵੀ ਧੰਨ ਹੈ ਵੀ ਬਾਲਕਿਆ ਤੇਰੀ ਸੇਵਾ, ਤੇਰੀ ਉਮਰ ਦੇ ਜਿਹੜੇ ਲੋਕ ਨੇ ਉਹ ਤਾਂ ਰੱਬ ਨੂੰ ਭੁੱਲ ਕੇ ਤੇ ਜਵਾਨੀ ਦੇ ਨਸ਼ੇ ਦੇ ਵਿੱਚ ਕਈ ਕੁਝ ਕਰ ਰਹੇ ਨੇ, ਪਰ ਤੂੰ ਧੰਨ ਹੈ ਜਿਹੜਾ ਸੇਵਾ ਵਿੱਚ ਲੱਗਾ ਹੈ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਰਕੇ ਤਿਆਰ ਬੁਰ ਤਿਆਰ ਹੋ ਗਿਆ ਸ਼ਾਹ ਹੁਸੈਨ ਅੱਗੇ ਜਾਣ ਵਾਸਤੇ, ਤੇ ਅੱਗਿਓਂ ਦੂਰ ਤੀਕਰ ਜਿਵੇਂ ਬਾਕੀ ਮਹਾਤਮਾ ਨੂੰ ਵਿਦਿਆ ਕਰਨ ਜਾਂਦਾ ਸੀ ਸਰਮਦ ਫਕੀਰ, ਇਸੇ ਪ੍ਰਕਾਰ ਸ਼ਾਹ ਹੁਸੈਨ ਨੂੰ ਵੀ ਵਿਦਿਆ ਕਰਨ ਦੇ ਲਈ ਨਾਲ ਦੂਰ ਤੀਕਰ ਗਿਆ ਏ। ਜਦੋਂ ਦੂਰ ਚਲੇ ਗਏ ਤੇ ਸ਼ਾਹ ਮਹਾਤਮਾ ਨੇ ਕਿਹਾ ਵੀ ਹੁਣ ਤੂੰ ਵਾਪਸ ਮੁੜ ਜਾ, ਤੇ ਮੁੜਦੇ ਸਮੇਂ ਪਹਿਲਾਂ ਵਾਂਗ ਹੀ ਨਮਸਕਾਰ ਕਰਕੇ ਤੇ ਹੱਥ ਜੋੜ ਕੇ ਜਿਹੜੀ ਆਪਣੀ ਭੁਲਾਖਾ ਹੈ ਨਾ ਵੀ ਸੇਵਾ ਕਰਨ ਦੇ ਪਿੱਛੇ ਮਨੋਰਥ ਜੋ ਹੈ
ਜਿਸ ਸਵਾਰਥ ਕਰਕੇ ਸੇਵਾ ਕਰ ਰਿਹਾ ਉਹ ਆਪਣੇ ਅੰਦਰ ਦੀ ਅਭਿਲਾਖਾ ਪ੍ਰਗਟ ਕੀਤੀ ਬੋਲ ਕੇ, ਸੰਤ ਜੀ ਪੰਥ ਖੁਦਾਏ, ਹੱਥ ਜੋੜ ਕੇ ਕਹਿਣ ਲੱਗਾ, ਹੇ ਸੰਤ ਜੀ, ਹੇ ਮਹਾਂਪੁਰਖ, ਕਿਰਪਾ ਕਰਕੇ ਮੈਨੂੰ ਖੁਦਾ ਦਾ ਜਿਹੜਾ ਰਸਤਾ ਹੈ ਉਹ ਦੱਸੋ, ਵੀ ਮਾਲਕ ਦਾ ਰਸਤਾ ਕੈਸਾ ਹੈ, ਕਿਹੜੇ ਰਾਹ ਦੇ ਤੁਰਿਆਂ ਖੁਦਾ ਮਿਲਦਾ ਏ। ਜੇ ਤੁਸੀਂ ਖੁਦਾ ਨੂੰ ਜਾਣਿਆ ਹੈ, ਜੇ ਤੁਸੀਂ ਖੁਦਾਏ ਪਾਇਆ ਏ, ਤਾਂ ਮੈਨੂੰ ਵੀ ਦੱਸ ਦਿਓ, ਮੇਰਾ ਵੀ ਭਲਾ ਕਰ ਦਿਓ। ਇਵੇਂ ਸਰਮਦ ਫਕੀਰ ਨੇ ਬੇਨਤੀ ਕੀਤੀ। ਮੈਂ ਦੀਨ ਵੇਖੋ ਤੁਹਾਡੇ ਅਧੀਨ ਹੋਇਆ, ਹੱਥ ਜੋੜ ਕੇ ਮੇਰੇ ਤੇ ਪ੍ਰਗਟ ਹੀ ਦਇਆ ਕਰ ਦਿਓ, ਮੈਨੂੰ ਕਰਾ ਦਿਓ ਦਰਸ਼ਨ ਖੁਦਾ ਦੇ। ਕਿਉਂਕਿ ਮੈਂ ਸੁਣਿਆ ਵੀ ਜਿਹੜੇ ਦਰਵੇਸ਼ ਹੁੰਦੇ ਨਾ, ਜਿਨ੍ਹਾਂ ਦਾ ਰੱਬ ਦੇ ਘਰ ਵਿੱਚ ਪ੍ਰਵੇਸ਼ ਹੋਵੇ, ਜਿਨ੍ਹਾਂ ਦੇ ਆਉਣ ਜਾਣ ਹੋਵੇ ਖੁਦਾ ਦੇ ਚਰਨਾਂ ਦੇ ਵਿੱਚ, ਆਉਣਾ ਜਾਂਦੇ ਤਾਂ ਹਨ ਪਰਮੇਸ਼ੁਰ ਦੇ ਕੋਲ ਆਨੰਦ ਲੈਣ, ਆਉਂਦੇ ਨੇ ਵਾਹਿਗੁਰੂ ਦੇ ਹੁਕਮ ਨਾਲ ਜੀਵਾਂ ਦੀ ਕਲਿਆਣ ਕਰਨ। ਇਹ ਆਮ ਲੋਕਾਂ ਵਾਂਗੂ ਨਹੀਂ, ਆ ਸਾਡੇ ਵਾਂਗੂ ਜੰਮਣ ਮਰਨ ਕਰਕੇ ਨਹੀਂ ਆਉਂਦੇ ਜਾਂਦੇ, ਉਹ ਖੁਦਾ ਦੇ ਦਰਸ਼ਨ ਕਰਨ ਜਾਂਦੇ ਨੇ ਅਤੇ ਉਹਦੇ ਹੁਕਮ 'ਚ ਭਲਾ ਕਰਨ ਆਉਂਦੇ ਨੇ। ਅਤੇ ਸਰਮਦ ਕਹਿੰਦਾ, ਮਹਾਰਾਜ ਜਿਹੜੇ ਦਰਵੇਸ਼ ਨੇ, ਜਿਹੜੇ ਰੱਬ ਦੇ ਦਰ 'ਤੇ ਆਉਂਦੇ ਜਾਂਦੇ ਨੇ, ਉਹ ਬੜੇ ਦਿਆਲੂ ਹੁੰਦੇ ਆ, ਜਿਹੜਾ ਉਹਨਾਂ ਕੋਲ ਕੁਝ ਮੰਗੇ, ਬੜੇ ਵੱਡੇ ਦਾਤੇ ਹੁੰਦੇ, ਉਹੀ ਦਾਤ ਕਰ ਦਿੰਦੇ ਹਨ। ਜਾਨ ਘਰ ਤਬ ਸ਼ਰਮਤ ਕੇਰੀ, ਤੇ ਮੇਰੇ ਤੇ ਵੀ ਕਿਰਪਾ ਕਰੋ। ਤੇ ਉਹ ਸ਼ਾਹ ਹੁਸੈਨ ਨੇ ਸਰਮਦ ਦੀ ਘਾਲ ਕਮਾਈ ਜਿਹੜੀ ਚੰਗੀ ਤਰ੍ਹਾਂ ਜਾਣ ਲਈ, ਵੀ ਵਾਕਿਆ ਹੀ ਇਹ ਸੇਵਾ ਬਹੁਤ ਭਾਵਨਾ ਨਾਲ ਕਰ ਰਿਹਾ ਏ। ਸੰਤਨ ਸੇਵਾ ਕੀਨ ਕਨੇਰੀ, ਬਹੁਤ ਮਹਾਤਮਾ ਸੰਤ ਸਾਧੂ ਜਿਹੜੇ ਆਉਂਦੇ ਜਾਂਦੇ, ਉਹਨਾਂ ਦੀ ਕਨੇਰੀ ਘਣੀ ਸੇਵਾ ਕੀਤੀ ਇਸ ਸਰਮਦ ਨੇ। ਸੰਤ ਲਾਏ, ਤੇ ਸੰਤਾਂ ਦਾ ਮਤਾ ਹੁੰਦਾ ਹੈ, ਜਿਹੜੇ ਤਾਂ ਜਿਨ੍ਹਾਂ ਦੇ ਪੱਲੇ ਕੁਝ ਨਾ ਹੋਵੇ, ਉਹ ਤਾਂ ਥੋੜ੍ਹਾ ਬਹੁਤ ਕਹਿ ਕੂ ਕੇ ਆਖ ਦੇਣਗੇ, ਉਹ ਤਾਂ ਅੱਗੇ ਹੀ ਕਾਹਲੇ ਹੁੰਦੇ ਉਪਦੇਸ਼ ਦੇਣ ਨੂੰ। ਪਰ ਜਿਹੜੇ ਪੂਰੇ ਹੁੰਦੇ ਨਾ, ਉਸੇ ਵੇਲੇ ਨਹੀਂ ਉਪਦੇਸ਼ ਦਿੰਦੇ, ਉਹ ਤਾਂ ਫਿਰ ਸੱਟ ਵੀ ਮਾਰਦੇ ਆ, ਵੀ ਵੇਖ ਲਈਏ ਜੋ ਮੂੰਹ ਕਹਿ ਰਿਹਾ ਦਿਲੋਂ ਵੀ ਇਹੀ ਕੁਝ ਚਾਹੁੰਦਾ ਜਾਂ ਉੱਤੋਂ ਉੱਤੋਂ ਹੀ ਪਖੰਡ ਕਰਦਾ। ਅਤੇ ਜਦੋਂ ਸਰਮਦ ਨੇ ਕਿਹਾ ਵੀ ਮੈਨੂੰ ਖੁਦਾ ਦਾ ਰਾਹ ਦੱਸੋ, ਤੇ ਪਰਖ ਕਰਨ ਵਾਸਤੇ ਉਸ ਸ਼ਾਹ ਹੁਸੈਨ ਫਕੀਰ ਨੇ ਕਿਹਾ, ਪੰਜ ਰਜਤ ਪਣ ਖਰਚੋ ਜਾਏ, ਕਹਿੰਦੇ ਵੀ ਏਦਾਂ ਨਹੀਂ ਹੈ, ਪਹਿਲਾਂ 500 ਰੁਪਈਆ ਖਰਚ ਜਾ ਕੇ ਸਾਡੇ ਲਈ, ਮਮੇ ਦਾ ਸੁੰਦਰ ਪਣ ਹੀ ਲਿਆ, ਤੇ ਮੇਰੇ ਲਈ ਬਹੁਤ ਸੋਹਣਾ ਜੋੜਾ ਜੁੱਤੀ ਚਰਨਾਂ 'ਚ ਪਾਉਣ ਵਾਸਤੇ 500 ਦੀ ਲੈ ਕੇ ਆ। ਉਦੋਂ 500 ਵੀ ਕਈ ਹਜ਼ਾਰਾਂ ਲੱਖਾਂ ਰਗਾ, ਵੀ ਚੰਗਾ ਮਹਿੰਗਾ ਜੋੜਾ ਲੈ ਕੇ ਆ। ਤੇ ਹੁਣੇ ਹੀ ਜਾ, ਫਿਰ ਬਹੁਤੀ ਦੇਰ ਨਹੀਂ ਲਾਉਣੀ, ਛੇਤੀ ਹੋਈ ਇੱਥੇ ਅਸੀਂ ਤੇਰੀ ਉਡੀਕ ਕਰਦੇ ਹਾਂ, ਤੇ ਸਾਡੇ ਕੋਲ ਪਹੁੰਚ ਜਾ ਛੇਤੀ। ਸ਼ਰਮਦ ਕਰ ਜੋਰ ਬਖਾਨੇ, ਤੇ ਸ਼ਰਮਦ ਨੇ ਸ਼ਾਹ ਹੁਸੈਨ ਦਾ ਹੁਕਮ ਸੁਣ ਕੇ ਦੋਵੇਂ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਵੀ ਹੇ ਸੰਤ ਜੀ, ਬਸ ਇੱਥੇ ਤੁਸੀਂ ਠਹਿਰੋ ਕੁਝ ਸਮਾਂ, ਮੈਂ ਬਸ ਗਿਆ ਤੇ ਆਇਆ ਸਮਝੋ, ਸ਼ੀਘਰ ਹੀ ਤੁਹਾਡੇ ਕੋਲ ਪਹੁੰਚ ਜਾਵਾਂਗਾ। ਇਸ ਤਰ੍ਹਾਂ ਕਹਿ ਕੇ ਜਿੱਥੇ ਬਾਜ਼ਾਰ 'ਚ ਕੋਈ ਕਾਰੀਗਰ ਜੋੜੇ ਬਣਾਉਣ ਵਾਲਾ ਹੋਵੇਗਾ, ਉੱਥੇ ਛੇਤੀ ਚਲਾ ਗਿਆ ਸਰਮਦ। ਜਿਹੋ ਜਿਹਾ ਸ਼ਾਹ ਹੁਸੈਨ ਨੇ ਚਾਹਿਆ ਸੀ, ਕਹਿ ਕੇ ਭੇਜਿਆ ਵੀ ਏਦਾਂ ਦਾ ਜੋੜਾ ਇੰਨਾ ਕੁ ਨਾਪ ਹੋਵੇ,
ਉਸੇ ਵੇਲੇ ਤਿਆਰ ਕਰਵਾ ਕੇ ਛੇਤੀ ਹੀ ਲੈ ਆਇਆ। ਆਪਣੇ ਹੱਥਾਂ ਦੇ ਨਾਲ ਝੁੱਕ ਕੇ ਸਰਮਦ ਨੇ ਸ਼ਾਹ ਹੁਸੈਨ ਦੇ ਚਰਨਾਂ 'ਚ ਜੋੜਾ ਪਹਿਨਾਉਣ ਦੀ ਸੇਵਾ ਕੀਤੀ। ਉਸ ਵੇਲੇ ਦਰਵੇਸ਼ ਨੇ ਚੰਗੀ ਤਰ੍ਹਾਂ ਇਹਦਾ ਹਿਰਦਾ ਸ਼ੁਭ ਜਾਣ ਕਰਕੇ ਉਪਦੇਸ਼ ਦੇਣ ਲੱਗਿਆਂ ਕਿਹਾ, ਕਹਿੰਦੇ ਸਰਮਦ, ਜੇ ਤੈਨੂੰ ਖਾਹਿਸ਼ ਹੈ ਨਾ ਤੇਰੇ ਦਿਲ ਦੀ ਲਾਲਸਾ ਹੈ ਖੁਦਾਏ ਨੂੰ ਮਿਲਣ ਦੀ, ਖੁਦਾ ਦੇ ਰਾਹ ਨੂੰ ਜਾਣਨ ਦੀ, ਬਸ ਅਸੀਂ ਕਿਤੇ ਪਹਿਰੇ ਦੇ ਕਿਸੇ ਕੰਮ ਚੱਲੇ ਹੈ ਤੇ ਜਿੰਨਾ ਚਿਰ ਵਾਪਸ ਨਹੀਂ ਅਸੀਂ ਮੁੜ ਕੇ ਆਉਂਦੇ। ਸਾਹਿਬ ਹੁਸੈਨ ਜੀ ਕਹਿਣ ਲੱਗੇ ਵੀ ਇੱਥੇ ਹੀ ਖਲੋਤਾ ਰਵੀ, ਇੱਥੋਂ ਅੱਗੇ ਪਿੱਛੇ ਨਹੀਂ ਹੋਣਾ, ਜੇ ਤੂੰ ਵਾਕਈ ਖੁਦਾ ਦਾ ਰਸਤਾ ਚਾਹੁੰਦਾ ਹੈ ਵੀ ਖੁਦਾ ਦਾ ਮਾਰਗ ਮਿਲੇ, ਖੁਦਾ ਮਿਲੇ ਮੈਨੂੰ। ਪਰਖ ਕਰਨ ਹਿੱਤ ਸੰਤ ਨੇ ਪਹਿਲਾਂ ਇੱਦਾਂ ਜੋੜਾ ਮੰਗਾ ਕੇ ਪਰਖ ਕੀਤੀ ਹੈ, ਫਿਰ ਕਹਿੰਦਾ ਜੇ ਤੂੰ ਖੁਦਾ ਨੂੰ ਮਿਲਣਾ ਤਾਂ ਇੱਥੇ ਖਲੋਤਾ ਰਹੀ, ਸਾਡੇ ਆਉਣ ਤੀ ਕਰੇ। ਸਰਮਦ ਨੂੰ ਕਹਿ ਕੇ ਆਪ ਸਾਹਿਬ ਹੁਸੈਨ ਫਕੀਰ ਕਿਤੇ ਹੋਰ ਪਾਸੇ ਨੂੰ ਚਲਾ ਗਿਆ ਤੇ ਇਕੱਲਾ ਹੀ ਉੱਥੇ ਬਾਰ ਬਾਰ ਜੰਗਲ ਜੇ ਦੇ ਵਿੱਚ ਇਕਾਂਤ ਜੇ ਥਾਂ ਦੇ ਵਿੱਚ ਸਰਮਦ ਫਕੀਰ ਇਕੱਲਾ ਹੀ ਖਲੋਤਾ ਰਿਹਾ ਤੇ ਕਹਿੰਦੇ ਵੀ ਪ੍ਰਤੀਕਸ਼ਣਾ ਕਰ ਰਿਹਾ ਹੈ, ਵੇਖਦਾ ਹੈ ਵਾਰ ਵਾਰ ਵੀ ਹੁਣ ਆਏ ਕਿ ਹੁਣ ਮਹਾਤਮਾ ਜੀ ਆਏ। ਸਰੀਰ ਨੂੰ ਕਹਿੰਦੇ ਕਸ਼ਟ ਆ ਗਿਆ ਖਲੋਤੇ ਨੂੰ, ਕਸ਼ਟ ਆਉਂਦਾ ਹੀ ਹੈ ਜਦੋਂ ਥੋੜ੍ਹਾ ਸਮਾਂ ਖੜਨਾ ਪਵੇ, ਖਲਾਉਣਾ ਪਵੇ, ਫਿਰ ਬਹੁਤ ਸਮੇਂ ਬਾਅਦ ਭੁੱਖ ਪਿਆਸ, ਸਰੀਰ ਨੂੰ ਤੰਗੀ ਆਉਂਦੀ ਹੈ, ਸੁਭਾਵਿਕ ਸਰੀਰ ਦਾ ਧਰਮ ਹੈ, ਮਰਿਆਦਾ ਹੈ ਸਰੀਰਾਂ ਦੀ ਐਸੀ। ਅਤੇ ਕੁਝ ਸਮਾਂ ਜਦੋਂ ਖਲੋਤਾ ਰਿਹਾ ਸਰੀਰ 'ਤੇ ਕਸ਼ਟ ਵੀ ਆ ਗਿਆ, ਪਰ ਫਿਰ ਵੀ ਗਿਆ ਨਹੀਂ, ਕਿਉਂਕਿ ਦਿਲੋਂ ਚਾਹੁੰਦਾ ਸੀ ਨਾ, ਜੇ ਕੱਚਾ ਪਿੱਲਾ ਜਿਹਾ ਹੁੰਦਾ ਵੀ ਕਹਿੰਦਾ ਵੀ ਚਲੋ ਹੋਰ ਕੋਈ ਸਾਧ ਆ ਜੂਗਾ, ਆਪਾਂ ਨੂੰ ਸਾਧਾਂ ਦਾ ਘਾਟਾ ਹੈ, ਰੋਜ਼ ਹੀ ਨਵੇਂ ਤੋਂ ਨਵੇਂ ਆਉਂਦੇ ਨੇ, ਹੋਰ ਕਿਸੇ ਕੋਲ ਸਿੱਖਿਆ ਲੈ ਲਾਂਗੇ, ਵੀ ਜੇ ਨਹੀਂ ਆਇਆ ਤਾਂ ਆਪਾਂ ਇਹਦੀ ਉਡੀਕ ਕਿਉਂ ਕਰਨੀ, ਐਸਾ ਨਹੀਂ ਮਤ ਆਇਆ ਉਹਦੇ ਅੰਦਰ। ਖਲੋਤਾ ਰਿਹਾ, ਉਡੀਕ ਕਰਦਾ ਰਿਹਾ, ਦੁੱਖ ਵੀ ਝੱਲ ਲਿਆ। ਇੱਕ ਦੋਏ ਦਿਵਸ, ਇੱਕ ਤੇ ਦੋ ਭਾਵ ਤਿੰਨ ਦਿਨ ਬਤੀਤ ਹੋਏ ਜਦੋਂ, ਤੇ ਤਿੰਨ ਦਿਨ ਸਰਮਦ ਫਕੀਰ ਖਲੋਤਾ ਰਿਹਾ ਇੱਕ ਥਾਂ ਤੇ, ਤੇ ਤੀਸਰੇ ਦਿਨ ਫਿਰ ਉਹ ਸ਼ਾਹ ਹੁਸੈਨ ਫਕੀਰ ਵਾਪਸ ਮੁੜ ਆਇਆ। ਦੇਖੋ ਸ਼ਰਧਾ ਸਹਿਤ ਥਿਰਾਇਓ, ਤੇ ਜਦੋਂ ਵੇਖਿਆ ਆ ਕੇ ਵੀ ਉਸੇ ਤਰ੍ਹਾਂ ਸ਼ਰਧਾ, ਉਸੇ ਤਰ੍ਹਾਂ ਪ੍ਰੇਮ ਹੈ, ਵੀ ਵੇਖੋ ਵੀ ਗਿਆ ਨਹੀਂ ਹੈ, ਵੀ ਥੋੜ੍ਹੀ ਬਹੁਤ ਉਡੀਕ ਕਰਨ ਤੋਂ ਬਾਅਦ ਹੀ ਬੰਦਾ ਕਹਿ ਸਕਦਾ ਸੀ ਵੀ ਚੱਲੀਏ, ਕੋਈ ਨਹੀਂ ਆਉਂਦਾ ਹੁਣ, ਵੀ ਉਹਦੇ ਸੰਤ ਜੋੜਾ ਲੈ ਕੇ ਚੱਲਦਾ ਬਣਿਆ ਨਹੀਂ। ਸਾਹਿਬ ਹੁਸੈਨ ਨੇ ਵਾਪਸ ਆ ਕੇ ਵੇਖਿਆ ਵੀ ਸਰਮਦ, ਤੀਜਾ ਦਿਨ ਹੋ ਗਿਆ ਅੱਜ, ਇੱਕ ਵਿਚਕਾਰਲਾ ਦੇਣ, ਇੱਕ ਜਿਸ ਦਿਨ ਛੱਡ ਕੇ ਗਏ ਹਾਂ ਅਤੇ ਇੱਕ ਅੱਜ ਦਾ ਦੇਣ, ਹਾਲਾਂ ਤੀਕਰ ਵੀ ਉੱਥੇ ਖਲੋਤਾ ਉਡੀਕ ਕਰ ਰਿਹਾ ਹੈ ਸ਼ਰਧਾ ਦੇ ਸਹਿਤ। ਇਸ ਪ੍ਰਕਾਰ ਨਾਲ ਇਹ ਦੋ ਤਿੰਨ ਪਰਖਾਂ ਇਹ ਕੀਤੀਆਂ ਅਤੇ ਹੋਰ ਵੀ ਕਹਿੰਦੇ ਕੋਈ ਕਸਵੱਟੀ ਲਾਈ, ਪਰਖ ਕਰਕੇ ਵੇਖੀ ਵੀ ਚੰਗੀ ਤਰ੍ਹਾਂ, ਜਿਵੇਂ ਸੁਨਿਆਰੇ ਸੋਨਾ ਪਰਖਦੇ ਨਾ, ਜਦੋਂ ਉਹ ਵੇਖਦੇ ਆ ਵੀ ਇਹ ਬਾਰਾਂ ਬੰਨੀ ਸ਼ੁੱਧ ਸੋਨਾ ਹੈ, ਉਹ ਕਸਵੱਟੀ ਦੇ ਲਾਉਂਦੇ ਆ। ਇਸੇ ਪ੍ਰਕਾਰ ਦੇ ਨਾਲ ਇੱਕ ਦੋ ਹੋਰ ਕਸਵੱਟੀਆਂ, ਇੱਕ ਦੋ ਪਰਖਾਂ ਹੋਰ ਕੀਤੀਆਂ ਸਰਮਦ ਦੀਆਂ, ਹਰ ਤਰ੍ਹਾਂ ਕਰਕੇ ਪਰਖ ਕੀਤੀ ਹੈ। ਪੁਰਾਣੀਆਂ ਮਾਈਆਂ ਭਾਂਡਾ ਲੈਣ ਗਈਆਂ, ਚੰਗੀ ਤਰ੍ਹਾਂ ਖੜਕਾ ਕੇ ਵੇਖਦੀਆਂ ਸੀ ਵੀ ਇਹ ਕਾਮਯਾਬ ਹੋਊਗਾ, ਵੀ ਇਹਦੀ ਵਰਤੋਂ ਕਰਨੀ ਹੈ। ਅਤੇ ਜਦੋਂ ਧਰਮ ਦੀ ਗੱਲ ਹੋਵੇ ਉਦੋਂ ਤਾਂ ਫਿਰ ਪਰਖ ਮਹਾਤਮਾ ਬਹੁਤ ਕਰਦੇ ਹੁੰਦੇ ਸਨ,
ਇਹ ਹੁਣ ਵਾਂਗ ਨਹੀਂ ਸਾਧ ਸੰਗਤ ਵੀ ਲਿਆਓ, ਭਜਾ ਲਓ, ਫੜ ਲਓ, ਅੰਮ੍ਰਿਤ ਛਕਾ ਦਿਓ, ਗਿਣਤੀ ਵਧਾ ਦਿਓ, ਨਹੀਂ। ਪੁਰਾਣੇ ਗੁਰਸਿੱਖ ਹੋਏ, ਮਹਾਤਮਾ ਹੋਏ, ਪੜ੍ਹੀ ਦਾ ਕਈ ਰਾਂ ਬੜੀਆਂ ਉਹਨਾਂ ਕੋਲ ਘਾਲਣਾ ਕਮਾਈਆਂ ਕਰਾ ਕੇ ਫਿਰ ਕਦੇ ਪੱਕੀਆਂ ਕਰਕੇ ਅੰਮ੍ਰਿਤ ਛਕਾਉਂਦੇ ਜਾਂ ਕੋਈ ਹੋਰ ਸੇਵਾ ਦਿੰਦੇ ਜਾਂ ਉਪਦੇਸ਼ ਦਿੰਦੇ ਸਨ। ਵੀ ਇਸ ਤਰ੍ਹਾਂ ਦਾ ਨਹੀਂ ਸੀ ਵੀ ਫਟਾਫਟ ਸਭ ਕੁਝ ਕਰਦੇ, ਉਹ ਮਰਿਆਦਾ ਨਹੀਂ। ਮਹਾਰਾਜ ਦੇ ਘਰ ਵਿੱਚ ਵੀ ਰਹੀ, ਸੰਤਾਂ ਸਾਧੂਆਂ ਫਕੀਰਾਂ ਦੇ ਘਰ ਵਿੱਚ ਐਸੀ ਮਰਿਆਦਾ ਰਹੀ ਨਹੀਂ। ਸਮੇਂ ਨਾਲ ਹੀ ਸਭ ਕੁਝ ਮਿਲਦਾ ਸੀ, ਸਮੇਂ ਨਾਲ ਹੀ ਪ੍ਰਾਪਤੀਆਂ ਹੁੰਦੀਆਂ। ਇਹ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲ ਸਕਦਾ। ਜਿੰਨਾ ਮਰਜ਼ੀ ਕੋਈ ਕਾਹਲਾ ਪੈ ਜਾਵੇ, ਫਿਰ ਉਹ ਹਾਨੀ ਜੀ ਹੁੰਦੀ ਹੈ। ਜਦੋਂ ਕਿਸੇ ਨੂੰ ਪੂਰਾ ਉਹ ਸਿਖਾਇਆ ਨਹੀਂ ਹੁੰਦਾ, ਮਰਿਆਦਾ ਦਾ ਕੁਝ ਪਤਾ ਨਹੀਂ ਹੁੰਦਾ, ਫਿਰ ਕਹਿੰਦੇ ਵੀ ਉਹ ਵੇਖੋ ਗਾਤਰੇ ਪਾ ਕੇ ਇੱਦਾਂ ਕਰੀ ਜਾਂਦੇ। ਜਦੋਂ ਪਕਾਇਆ ਹੀ ਨਹੀਂ ਚੰਗੀ ਤਰ੍ਹਾਂ ਉਹਨੂੰ, ਜਦੋਂ ਤਾ ਹੀ ਨਹੀਂ ਦਿੱਤਾ, ਜਦੋਂ ਘਸਵੱਟੀ ਹੋਈ ਨਹੀਂ ਲਾਈ, ਅੱਗੇ ਘਸਵੱਟੀ ਲਾਉਣ ਵਾਲਾ ਵੀ ਕੋਈ ਵਿਰਲਾ ਹੀ ਰਹਿ ਗਿਆ, ਬਾਕੀ ਸਭ ਇੱਦਾਂ ਹੀ ਰਲਾ ਗੋਬਰਾ ਜਿਹਾ ਸਾਡੇ ਵਿੱਚ ਹੋਇਆ ਫਿਰਦਾ ਹੈ। ਕਹਿਣੇ ਕੋ ਅਸੀਂ ਸਾਰੇ ਹੀ ਜਿਹੜੇ ਪੁੱਜੇ ਹੋਏ ਹਾਂ, ਪਰ ਉਹ ਜਿੰਨੇ ਕੁ ਜੋਗੇ ਹੈ ਮਹਾਰਾਜ ਸਾਹਿਬ ਜਾਣਦੇ ਹੀ ਹੈ। ਸੋ ਰਹੋ ਵਿਚਾਰੇ ਦਰ ਕੀ ਜਾਣਾ ਹੈ। ਸਰਮਦ ਫਕੀਰ ਦੀ ਚੰਗੀ ਤਰ੍ਹਾਂ ਪਰਖ ਕਰ ਲਈ ਜਦੋਂ, ਫਿਰ ਕਿਰਪਾ ਕੀਤੀ, ਖੁਸ਼ ਹੋ ਕੇ ਗੱਲ ਨਾ ਲਾ ਲਿਆ ਵੀ ਸਰਮਦ ਤੂੰ ਧੰਨ ਹੈ, ਵੀ ਮੈਂ ਪਰਖ ਲਿਆ ਚੰਗੀ ਤਰ੍ਹਾਂ ਵੀ ਐਵੇਂ ਫੋਕਾ ਹੀ ਨਹੀਂ ਆ ਉਪਦੇਸ਼ ਮੰਗਦਾ। ਕਿਉਂਕਿ ਹਰ ਇੱਕ ਦੇ ਮਨ ਦੀ ਭਾਵਨਾ ਦੇ ਇਹੀ ਹੁੰਦੀ ਹੈ ਵੀ ਸਾਨੂੰ ਪਰਮੇਸ਼ੁਰ ਮਿਲੇ। ਕਈ ਉੱਤੋਂ ਉੱਤੋਂ ਕਹਿਣਗੇ, ਕਈਆਂ ਦੇ ਦਿਲੋਂ ਹੁੰਦਾ ਹੈ। ਜਿਨ੍ਹਾਂ ਦੇ ਦਿਲੋਂ ਹੋਵੇ ਉਹ ਸਰਮਦ ਵਰਗੇ ਹੁੰਦੇ ਨੇ, ਘਸਵੱਟੀਆਂ ਦੇ ਪੂਰੇ ਉਤਰਦੇ ਹਨ। ਸੋ ਉਹ ਗਲੇ ਨਾ ਲਾ ਲਿਆ ਉਹਦੇ ਗੁਰੂ ਨੇ, ਸ਼ਾਹ ਹੁਸੈਨ ਨੇ ਘੁੱਟ ਕੇ ਜਫੀ ਦੇ ਵਿੱਚ ਲੈ ਲਿਆ ਵੀ ਤੂੰ ਧੰਨ ਹੈ ਭਾਈ, ਜੋ ਪਰਖ ਕੀਤੀ ਉਹ 'ਚ ਖਰਾ ਉਤਰਿਆ ਏ। ਤੁਰੰਤ ਫਿਰ ਖੁਦਾ ਨੂੰ ਮਿਲਣ ਦਾ ਜਿਹੜਾ ਭੇਦ ਸੀ ਉਹ ਚੰਗੀ ਤਰ੍ਹਾਂ ਸਮਝਾ ਦਿੱਤਾ, ਇਸ ਨੂੰ ਦੱਸ ਦਿੱਤਾ। ਉਪਦੇਸ਼ ਲੈਂਦੇ ਹੀ ਸਰਮਦ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਬਹੁਤਾ ਹੀ ਪੀਣ ਹੁੰਦਾ ਵੀ ਤਗੜਾ ਪ੍ਰੇਮ, ਬਹੁਤਾ ਹੀ ਪ੍ਰੇਮ ਇਹਦੇ ਅੰਦਰ ਪਿਆਰ ਜਾਗ ਆਇਆ ਮਨ ਵਿੱਚ, ਉਹੀ ਪ੍ਰੇਮ ਰਸ ਵਿੱਚ ਬਸ ਲੀਨ ਹੋ ਗਿਆ। ਰਾਤ ਦਿਨ ਸਰਮਤ ਦੀ ਮਨੋ ਵੀ ਬਿਰਤੀ ਟਿਕ ਗਈ, ਰਾਤ ਦਿਨ ਅੱਲਾਹੂ ਅੱਲਾਹੂ ਦੇ ਨਾਰੇ ਦੇ ਵਿੱਚ ਮਸਤ ਹੋਇਆ, ਅੱਲਾਹ ਦੀ ਬੰਦਗੀ ਕਰਨ ਚ ਮਸਤ ਰਹਿੰਦਾ ਏ। ਨਵਾਂ ਰੰਗ ਚੜ ਗਿਆ, ਬਿਲਕੁਲ ਨਵੀਨ ਰੰਗ ਪਰਮੇਸ਼ਰ ਦੀ ਬੰਦਗੀ ਦਾ ਤੇ ਰੰਗ ਚੜਿਆ, ਮਨ ਵੀ ਰੰਗਿਆ ਗਿਆ, ਮਨ ਵਾਹਿਗੁਰੂ ਦੇ ਖੁਦਾ ਦੇ ਚਰਨਾਂ ਦੇ ਨਾਲ ਜੁੜ ਗਿਆ ਫਕੀਰ ਦਾ। ਜਿੰਨਾ ਕੁ ਧਨ ਮਾਂ ਬਾਪ ਜਿਹੜੇ ਸ਼ਾਹੂਕਾਰ ਸਨ ਉਹਨਾਂ ਦਾ ਛੱਡਿਆ ਹੋਇਆ ਬਾਕੀ ਰਹਿ ਗਿਆ, ਉਹ ਸਾਰਾ ਹੀ ਇਹਨੇ ਸੇਵਾ ਤੇ ਲਾ ਦਿੱਤਾ। ਦਰਵੇਸ਼ ਫਕੀਰ ਮਹਾਤਮਾ ਨੂੰ ਭੋਜਨ ਛਕਾਉਣ ਤੇ ਉਹਨਾਂ ਦੇ ਚਰਨੀ ਜੋੜਾ ਪਵਾਉਣਾ, ਕੱਪੜੇ ਲੈ ਕੇ ਦੇਣੇ, ਇਸੇ ਕੰਮ ਦੇ ਉੱਤੇ ਹੀ ਸਾਰੀ ਮਾਇਆ ਖਰਚ ਕਰ ਦਿੱਤੀ। ਤੇ ਜਦੋਂ ਧਨ ਮੁੱਕ ਗਿਆ ਜਿਹੜਾ ਜਮਾ ਸੀ, ਫਿਰ ਜਿਹੜਾ ਘਰ ਬਚਿਆ ਇਹ ਸਰਮਦ ਨੇ ਉਹ ਘਰ ਵੀ ਵੇਚ ਦਿੱਤਾ, ਤੇ ਘਰ ਵੇਚ ਕੇ ਜਿੰਨੇ ਕੁ ਪੈਸੇ ਵੱਟੇ ਸਨ ਉਹ ਵੀ ਬੰਦਗੀ ਵਾਲਿਆਂ ਦੀ ਸੇਵਾ ਵਾਸਤੇ ਖਰਚ ਤਾ। ਪਹਿਲਾਂ ਜਮਾ ਪੂੰਜੀ ਸਭ ਖਰਚ ਦੀ ਸੇਵਾ ਤੇ, ਫਿਰ ਘਰ ਘਰ ਰਹਿ ਗਿਆ, ਉਹ ਘਰ ਵੀ ਵੇਚ ਕੇ ਉਹ ਵੀ ਸਾਰੀ ਮਾਇਆ ਸੇਵਾ ਦੇ ਵਿੱਚ ਲਾ ਦਿੱਤੀ।
ਅਪਰਜ ਵਸਤੂ ਹੁਤੀ ਅਸ਼ੇਸ਼। ਤੇ ਹੋਰ ਵੀ ਕਹਿੰਦੇ ਜੋ ਕੋਈ ਵਿਸ਼ੇਸ਼ ਘਰ ਵਿੱਚ ਵਸਤੂ ਸੀ ਜਿਹੜੀ ਵਿਕ ਨਹੀਂ ਸੀ ਸਕਦੀ, ਅਰਪਣ ਕਰੀ ਹੀਰ ਦਰਵੇਸ਼। ਉਹ ਵੀ ਕੋਈ ਦਰਵੇਸ਼ ਰੱਬ ਦਾ ਪਿਆਰਾ ਆਇਆ ਗਿਆ ਵੇਖ ਕੇ ਉਹਨਾਂ ਨੂੰ ਹੀ ਅਰਪਣ ਕਰ ਦਿੱਤਾ, ਭਾਵ ਕੇ ਕੁਝ ਵੀ ਇਹਨੇ ਆਪਣੇ ਕੋਲ ਨਾ ਰੱਖਿਆ। ਮਸਤ ਸੁਧ ਤਨ ਕੀ ਥੋਰੀ, ਮਸਤ ਹੋ ਗਿਆ ਸਰੀਰ ਦੀ ਸੁਧ ਥੋੜੀ ਬਹੁਤ ਰੱਖਦਾ, ਸਰੀਰ ਵੱਲ ਨਹੀਂ ਧਿਆਨ, ਸਰੀਰ ਵੱਲੋਂ ਧਿਆਨ ਹੀ ਸਰਮਦ ਦਾ ਮੁੱਕ ਗਿਆ। ਰਾਤ ਦਿਨ ਕਹਿੰਦੇ ਵੀ ਜਿਹੜੀ ਮਤ ਹੈ ਨਾ ਪ੍ਰੇਮ ਦੇ ਵਿੱਚ ਬੌਰੀ ਹੋਈ ਰਹਿੰਦੀ ਹੈ, ਦੁਨੀਆਂ ਵੱਲੋਂ ਮਤ ਝੱਲੀ ਹੋ ਗਈ ਹੈ, ਦੁਨੀਆਂ ਦੇ ਭਾਅ ਦਾ ਸਰਮਦ ਜਿਹੜਾ ਫਕੀਰ ਹੈ ਪਾਗਲ ਹੀ ਹੋ ਗਿਆ, ਝੱਲਾ ਹੋ ਗਿਆ, ਪਰ ਅਸਲ ਵਿੱਚ ਦੁਨੀਆਂ ਦਾ ਦਾਰੀ ਮੁੱਕ ਗਈ, ਇਹਦੇ ਅੰਦਰੋਂ ਪਰਮੇਸ਼ੁਰ ਦਾ ਪ੍ਰੇਮ ਬੰਦਗੀ ਮਸਤੀ ਦਾ ਆਨੰਦ ਚੜਿਆ ਰਹਿੰਦਾ ਹੈ। ਤੇ ਦਿੱਲੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਿੱਥੇ ਕਦੇ ਮਿਲਦਾ ਸਾਂ ਉੱਥੇ ਹੀ ਲੰਮਾ ਪਿਆ ਰਹਿੰਦਾ, ਵਿਸ਼ਰਾਮ ਕਰ ਲੈਂਦਾ। ਕਹਿੰਦੇ ਸੁਸ਼ੰਦ ਹੋ ਕੇ ਬੰਧਨਾਂ ਤੋਂ ਰਹਿਤ, ਕੋਈ ਬੰਧਨ ਨਹੀਂ ਮੰਨਦਾ, ਕੋਈ ਸ਼ਰਾ ਆਦਿਕ ਦੇ ਕਾਨੂੰਨਾਂ ਨਹੀਂ ਮੰਨਦਾ, ਨਹੀਂ ਦਿੱਲੀ ਦੇ ਵਿੱਚ ਹੀ ਤੁਰਿਆ ਫਿਰਦਾ ਰਹਿੰਦਾ ਹਰ ਸਮੇਂ। ਦਿਨ ਦਿਨ ਪ੍ਰਤ ਜਿਉਂ ਜਿਉਂ ਦਿਨ ਲੰਘਦੇ ਜਾਂਦੇ ਆ ਤਿਉਂ ਤਿਉਂ ਬਿਰਤੀ ਹੋਰ ਗੂੜੀ ਹੁੰਦੀ ਜਾ ਰਹੀ ਖੁਦਾ ਦੇ ਚਰਨਾਂ ਚ। ਨਿਧੀਆਂ ਸਿਧੀਆਂ ਘਰ ਦੇ ਵਿੱਚ ਜਿਵੇਂ ਕੋਈ ਵਸਤੂਆਂ ਆ ਜਾਣੀਆਂ, ਸਰੀਰ ਦੀਆਂ ਸ਼ਕਤੀਆਂ ਆ ਜਾਣੀਆਂ ਵੀ ਸਰੀਰ ਨੂੰ ਵੱਡਾ ਕਰ ਲੈਣਾ ਛੋਟਾ ਕਰ ਲੈਣਾ, ਅਤੇ ਇਸ ਪ੍ਰਕਾਰ ਦੇ ਨਾਲ ਜੋ ਮੂੰਹੋਂ ਕਹਿਣਾ ਉਹੀ ਪੂਰਾ ਹੋ ਜਾਣਾ, ਇਸ ਤਰ੍ਹਾਂ ਦੀਆਂ ਬਹੁਤ ਬਰਕਤਾਂ ਅੱਗੇ ਆ ਕੇ ਸਰਮਦ ਫਕੀਰ ਦੇ ਖਲੋ ਗਈਆਂ। ਪਰ ਐਸਾ ਫਕੀਰ ਜਿਹੜਾ ਉਦਾਸ ਹੋਇਆ ਇਹ ਦੁਨੀਆਂ ਵੱਲੋਂ ਵੀ ਉਹਨਾਂ ਦੀ ਵਰਤੋਂ ਨਹੀਂ ਕਰਦਾ, ਭਾਵ ਕਿ ਨਾ ਸ਼ਕਤੀਆਂ ਨੂੰ ਗ੍ਰਹਿਣ ਕਰਦਾ ਹੈ ਅਤੇ ਨਾ ਜਿਹੜੇ ਖਜ਼ਾਨਿਆਂ ਦੀ ਉਹ ਤੋੜਤਾ ਹੈ ਅੰਨ ਆਦਿਕ, ਇਹਨਾਂ ਨੂੰ ਗ੍ਰਹਿਣ ਨਹੀਂ ਕਰਦਾ। ਪਰਮੇਸ਼ਰ ਕੋ ਪ੍ਰੇਮ ਧਰੰਤਾ, ਉਸ ਨੇ ਦੱਸ ਦਿਆ ਕਰੋ ਨਾ, ਉਹਨਾਂ ਦਾ ਆਦਰ ਨਹੀਂ ਕਰਦਾ। ਆਦਰ ਕਰਨ ਤੋਂ ਭਾਵ ਹੁੰਦਾ ਹੈ ਵੀ ਇੱਛਾ ਹੀ ਨਹੀਂ ਹੈ ਵੀ ਮੈਂ ਸ਼ਕਤੀਆਂ ਗ੍ਰਹਿਣ ਕਰਾਂ। ਪਰਮੇਸ਼ਰ ਕੋ ਪ੍ਰੇਮ ਧਰੰਤਾ, ਪਰਮੇਸ਼ਰ ਅਕਾਲ ਪੁਰਖ ਦਾ ਹੀ ਬਸ ਪ੍ਰੇਮ ਹੈ ਵੀ ਰੱਬ ਦੇ ਨਾਲ ਹੀ ਪ੍ਰੇਮ ਕਰਨਾ ਤੇ ਬੰਦਗੀ ਕਰਨੀ ਹੈ। ਹੋਏ ਬੇਤਮਾ ਜਗਤ ਕੀ ਦਿਸ਼ਤੇ, ਹੋਏ ਬੇਤਮਾ, ਤਮਾ ਨਾਮ ਹੁੰਦਾ ਹੈ ਖਾਸ ਦਾ, ਖਾਸ ਜਗਤ ਦੀ ਨਹੀਂ ਕੋਈ ਰਹਿ ਗਈ, ਤ੍ਰਿਸ਼ਨਾ ਤੋਂ ਰਹਿ ਧੋ ਕੇ ਜਗਤ ਵੱਲੋਂ। ਪ੍ਰਭੂ ਪਰਮੇਸ਼ਰ ਦੇ ਵਿੱਚ ਹੀ ਮਨ ਕਰਕੇ ਮਸਤ ਹੋ ਕੇ ਜੁੜਿਆ ਰਹਿੰਦਾ ਹੈ, ਉਹੀ ਰਸ ਮਾਣਦਾ ਏ। ਉਹ ਬਿਰਤੀ ਵੀ ਦੂਰ ਹੋ ਗਈ ਜਿਹੜਾ ਸ਼ਾਹੂਕਾਰ ਤੇ ਰੰਕ ਚ ਫਰਕ ਵੇਖਣਾ, ਭਾਵੇਂ ਕੋਈ ਬਿਲਕੁਲ ਕੰਗਲਾ ਏ ਭਾਵੇਂ ਕੋਈ ਵੱਡਾ ਪਾਤਸ਼ਾਹ, ਉਹਨਾਂ ਦੋਵਾਂ ਨੂੰ ਇੱਕੋ ਜਿਹਾ ਹੀ ਆਦਰ ਦਿੰਦਾ ਹੈ। ਮਨ ਕਰਕੇ ਮਸਤ ਹੋ ਗਿਆ, ਮਸਤਾਨਾ ਹੋ ਗਿਆ ਤੇ ਆਨੰਦ ਵਿੱਚ ਖਿੜਿਆ ਰਹਿੰਦਾ ਏ। ਇੱਕ ਦਿਨ ਕਹਿੰਦੇ ਬਾਜ਼ਾਰ ਵਿੱਚ ਸਰਮਦ ਫਕੀਰ ਖਲੋਤਾ ਹੋਇਆ ਸੀ ਦਿੱਲੀ ਸ਼ਹਿਰ ਵਿੱਚ, ਸਰੀਰ ਵੱਲੋਂ ਇਹਦਾ ਜਦੋਂ ਧਿਆਨ ਹੀ ਹਟ ਗਿਆ, ਵਸਤਰ ਨਹੀਂ ਸੀ ਕੋਈ ਪਾਇਆ, ਨਗਨ ਹੀ ਅਵਸਥਾ, ਸਰੀਰ ਦੇ ਕੱਪੜੇ ਪਾਉਣ ਦੀ ਸੁਧ ਬੁੱਧ ਵੀ ਇਹਨੂੰ ਵਿਸਰ ਗਈ। ਉਸ ਵੇਲੇ ਕਹਿੰਦੇ ਦਿੱਲੀ ਦਾ ਪਾਤਸ਼ਾਹ ਔਰੰਗਜ਼ੇਬ ਹਾਥੀ ਦੇ ਚੜ੍ਹ ਕੇ ਸ਼ਹਿਰ ਦੇ ਵਿੱਚ ਦਿੱਲੀ ਵਿੱਚ
ਬਾਜ਼ਾਰਾਂ ਵਿੱਚ ਫਿਰਨ ਤੁਰਨ ਵਾਸਤੇ ਨਿਕਲਿਆ। ਚਾਕਰ ਭਏ ਹਜ਼ਾਰਾਂ ਸਾਥੀ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਕਰ ਚਾਕਰ ਇਹਦੇ ਸੇਵਾਦਾਰ ਅਹਿਲਕਾਰ ਅੱਗੇ ਪਿੱਛੇ ਭੱਜੇ ਫਿਰਦੇ ਨੇ ਬਾਦਸ਼ਾਹ ਰਿਹਾ ਏ। ਤੇ ਜਿਹੜੇ ਅੱਗੇ ਅੱਗੇ ਜਾਣ ਵਾਲੇ ਆ ਲੋਕਾਂ ਨੂੰ ਪਰਾਂ ਕਰਦੇ ਨੇ ਵੀ ਇਸ ਪਾਸੇ ਹੋ ਜਾਓ, ਇੱਕ ਬੰਨੇ ਹੋ ਜਾਓ, ਪਾਤਸ਼ਾਹ ਦੀ ਸਵਾਰੀ ਆ ਰਹੀ ਏ। ਇਸ ਤਰ੍ਹਾਂ ਕਹਿ ਕਹਿ ਕੇ ਜਿਹੜੇ ਨਕੀਬ ਹੁੰਦੇ ਹਨ ਦੂਰ ਦੂਰ ਕਰ ਰਹੇ ਨੇ ਵੀ ਪਾਤਸ਼ਾਹ ਦੀ ਸਵਾਰੀ ਆ ਰਹੀ, ਕੋਈ ਰਸਤੇ ਚ ਨਾ ਰੁਕੇ। ਸਰਮਦ ਫਕੀਰ ਵੀ ਖਲੋਤਾ ਸੀ ਉਸੇ ਬਾਜ਼ਾਰ ਦੇ ਵਿੱਚ, ਉਹਨੂੰ ਵੇਖ ਕੇ ਉਹਨਾਂ ਨੌਕਰਾਂ ਨੇ ਆਣ ਕੇ ਕਿਹਾ, ਕਹਿਣ ਲੱਗੇ ਉਹ ਫਕੀਰਾ, ਬਾਦਸ਼ਾਹ ਔਰੰਗਜ਼ੇਬ ਆ ਰਿਹਾ ਏ ਤੇ ਬਾਦਸ਼ਾਹ ਦੇ ਰਸਤੇ ਜਾਵੇ ਆ, ਕੱਪੜਿਆਂ ਤੋਂ ਬਗੈਰ ਨਗਨ ਅਵਸਥਾ ਵਿੱਚ ਨਾ ਖਲੋਤਾ ਰਹੋ। ਤੇ ਜਦੋਂ ਇਸ ਤਰ੍ਹਾਂ ਕਹਿ ਰਹੇ ਸੀ ਔਰੰਗਜ਼ੇਬ ਨੂੰ ਵੀ ਸੁਣਿਆ ਤੇ ਉਹਨੇ ਵੀ ਸਰਮਦ ਫਕੀਰ ਜਿੱਥੇ ਇਹਦੇ ਨੌਕਰ ਚਾਕਰ ਉਹਨੂੰ ਸਮਝਾ ਰਹੇ ਆ ਵੀ ਪਾਤਸ਼ਾਹ ਦੀ ਸਵਾਰੀ ਆ ਰਹੀ, ਤੂੰ ਨੰਗਾ ਗਾੜੀ ਖਲੋਤਾ ਪਾਸੇ ਹੋ, ਔਰੰਗਜ਼ੇਬ ਨੂੰ ਇਹ ਗੱਲ ਸੁਣ ਗਈ। ਉਸ ਵੇਲੇ ਔਰੰਗਜ਼ੇਬ ਨੇ ਕੀ ਕੀਤਾ ਵੀ ਕਹਿ ਕੇ ਹੁਕਮ ਨਾਲ ਦੋ ਗਜ ਦਾ ਆਪਣੇ ਹੱਥਾਂ ਤੋਂ ਬਸਤਰ ਦਿੱਤਾ ਨੌਕਰਾਂ ਨੂੰ ਵੀ ਆਹ ਇਹਨੂੰ ਫਕੀਰ ਨੂੰ ਦੇ ਦਿਓ। ਤੇ ਕਹਿਣ ਲੱਗਾ ਵੀ ਇਹ ਦੋ ਗਜ ਕੱਪੜੇ ਨਾਲ ਆਪਣਾ ਨੰਗੇਜ ਢੱਕ ਲੈ, ਤੇ ਬਿਨਾਂ ਆਪਣੇ ਤਨ ਨੂੰ ਢੱਕੇ ਤੂੰ ਇੱਥੇ ਬਾਹਰ ਮੇਰੇ ਅੱਗੇ ਨਹੀਂ ਫੇਰ ਆਉਣਾ। ਇਸ ਤਰ੍ਹਾਂ ਕਹਿ ਕੇ ਤੇ ਔਰੰਗਜ਼ੇਬ ਤਾਂ ਅੱਗੇ ਨੂੰ ਚਲਾ ਗਿਆ, ਕੱਪੜਾ ਦੇ ਗਿਆ ਸਰਮਦ ਨੂੰ ਦੋ ਕੁ ਗਜ ਦਾ। ਫਿਰ ਜਿੰਨੀ ਇੱਛਾ ਸੀ ਇੱਧਰ ਉੱਧਰ ਫਿਰਨ ਤੁਰਨ ਦੀ ਉਹ ਬਾਦਸ਼ਾਹ ਫਿਰ ਕੇ ਤੇ ਵਾਪਸ ਦੁਬਾਰਾ ਵਾਪਸ ਮੁੜ ਕੇ ਆ ਗਿਆ ਉਸੇ ਪਾਸੇ ਉਹਦੀ ਜਿੱਧਰ ਦੀ ਗਿਆ ਸੀ। ਆ ਕੇ ਕੀ ਵੇਖਦਾ ਵੀ ਉਹ ਸਰਮਦ ਫਕੀਰ ਜਿੱਥੇ ਜਾਂਦੇ ਸਮੇਂ ਖਲੋਤਾ ਸੀ ਜਿਸ ਹਾਲਤ ਚ, ਉਸੇ ਹਾਲਤ ਦੇ ਵਿੱਚ ਹੀ ਨਗਨ ਅਵਸਥਾ ਜੋ ਉੱਥੇ ਹੀ ਖਲੋਤਾ ਹੈ। ਤੇ ਜਿਹੜਾ ਦੋ ਗਜਾਂ ਦਾ ਚੀਰ ਬਸਤਰ ਕੱਪੜਾ ਦਿੱਤਾ ਸੀ ਉਹ ਸਰਮਦ ਨੇ ਆਪਣੇ ਸਿਰ ਦੇ ਉੱਤੇ ਬੰਨਿਆ ਹੋਇਆ ਹੈ। ਤੇ ਬਾਕੀ ਸਰੀਰ ਉਸੇ ਤਰ੍ਹਾਂ ਹੀ ਹੈ ਨਗਨ ਅਵਸਥਾ ਦੇ ਵਿੱਚ ਫਕੀਰ ਦਾ। ਔਰੰਗਜ਼ੇਬ ਨੇ ਵੇਖ ਕੇ ਤੇ ਮਹਾਰਤ ਨੂੰ ਕਹਿ ਕੇ ਹਾਥੀ ਨੇੜੇ ਕਰਾਇਆ ਸਰਮਦ ਫਕੀਰ ਦੇ, ਅਤੇ ਫੇਰ ਕੁਝ ਗੁੱਸਾ ਜਿਹਾ ਕਰਕੇ ਤੇ ਕਹਿਣ ਲੱਗਾ ਕੋਸ਼ ਰਿਸ ਕਰ ਬੂਝਿਓ ਤੇ ਸਾਥੀ। ਗੁੱਸੇ ਵਿੱਚ ਆ ਕੇ ਤੇ ਸਰਮਦ ਫਕੀਰ ਨੂੰ ਕਹਿਣ ਲੱਗਾ, ਕਹਿਣ ਲੱਗੇ ਉਹ ਸਾਧੂ ਆ ਉਹ ਫਕੀਰਾ ਤੂੰ ਕੀ ਆ ਮਕਰਪੁਣਾ ਪਖੰਡ ਜਿਹਾ ਧਾਰਿਆ ਹੋਇਆ ਏ, ਤੈਨੂੰ ਲਾਜ ਲੋਕ ਲਾਜ ਕੋਈ ਨੀ, ਜਗਤ ਦੀ ਲਾਜ ਤੂੰ ਆ ਸ਼ਰਮਿੰਦਗੀ ਸਾਰੀ ਤਿਆਗ ਦਿੱਤੀ ਹੈ, ਅਸੀਂ ਇਹ ਜਾਣ ਕੇ ਤੈਨੂੰ ਆ ਕੱਪੜਾ ਦੇ ਕੇ ਗਏ ਸਾਂ ਵੀ ਫਕੀਰ ਕੋ ਵਸਤਰ ਥੁੜ ਗਿਆ ਹੋਊਗਾ ਤਾਂ ਇਸ ਤਰ੍ਹਾਂ ਫਿਰਦਾ, ਹੁਣ ਤੈਨੂੰ ਆ ਕੱਪੜਾ ਦਿੱਤਾ ਸੀ ਪਰ ਤੂੰ ਫੇਰ ਉਸੇ ਤਰ੍ਹਾਂ ਹੀ ਤੁਰਿਆ ਫਿਰਦਾ ਹੈ, ਉਹ ਦੋ ਗਜ ਦੇ ਕੱਪੜੇ ਦੇ ਨਾਲ ਤੂੰ ਆਪਣਾ ਨੰਗੇਜ ਕਾਹਦੇ ਵਾਸਤੇ ਨੀ ਢੱਕਿਆ। ਡਰ ਕੋ ਪਰ ਹਰ, ਜਿਹੜਾ ਡਰ ਸੀ ਮੇਰਾ ਵੀ ਮੈਂ ਦਿੱਲੀ ਦਾ ਪਾਤਸ਼ਾਹ ਤੈਨੂੰ ਪਤਾ ਨੀ
ਵੀ ਇਹ ਡਰ ਨੂੰ ਦੂਰ ਕਰਕੇ ਤੇਰੇ ਦਿਲ ਨੂੰ ਇਹ ਕੀ ਕਰਨਾ ਪਾਇਆ, ਕੀ ਚੰਗਾ ਲੱਗਿਆ ਮੈਨੂੰ ਦੱਸ ਹੁਣ। ਔਰੰਗਜ਼ੇਬ ਸਰਮਦ ਫਕੀਰ ਨੂੰ ਕਹਿੰਦਾ ਵੀ ਇਹ ਕੁਚਾਲ ਖੋਟੀ ਚਾਲ ਚੱਲਣਾ ਦੇ ਵਿੱਚ ਚਿੱਤ ਤੂੰ ਕਿਉਂ ਜੋੜਿਆ ਹੋਇਆ ਏ। ਸਰਮਦ ਨੇ ਔਰੰਗਜ਼ੇਬ ਦੇ ਕੋਲੋਂ ਸੁਣ ਕੇ ਉਸ ਵੇਲੇ ਉੱਤਰ ਦਿੱਤਾ, ਕਹਿਣ ਲੱਗਾ ਵੀ ਇਹ ਪਾਤਸ਼ਾਹ ਮੈਂ ਤੇ ਸਮਝਿਆ ਤੂੰ ਬੜਾ ਸਿਆਣਾ ਹੋਵੇਂਗਾ, ਪਰ ਤੂੰ ਤੇ ਹੈ ਹੀ ਬੇਅਕਲਾ, ਤੇਰੀ ਤੇ ਅਕਲ ਹੀ ਮਾਰੀ ਗਈ ਹੈ। ਜਿੰਨਾ ਕੁ ਤੂੰ ਅਕਲ ਵਾਲਾ ਹੈ, ਸਰਮਤ ਕਹਿੰਦਾ ਮੈਨੂੰ ਲੱਗਦਾ ਇਹੋ ਜਿਹੀ ਅਕਲ ਨਾਲ ਤੂੰ ਪਾਤਸ਼ਾਹੀ ਕਰਦਾ ਹੋਵੇਂਗਾ, ਦਿੱਲੀ ਤਖ਼ਤ ਤੇ ਉਸੇ ਤਰ੍ਹਾਂ ਬੈਠਾ ਹੋਵੇਂਗਾ। ਲੋਕਾਂ ਦੇ ਆਪਣਾ ਜਸ ਜਿਹਾ ਕਰਾਉਣ ਦੇ ਲਈ ਆ ਕੱਪੜਾ ਜਿਹਾ ਦੋ ਗਜ ਦੇ ਗਏ ਵੀ ਮੈਂ ਬੜਾ ਦਾਨੀ ਆ ਤੇ ਬਾਜ਼ਾਰ 'ਚ ਬਸ ਤੁਰਿਆ ਫਿਰ ਰਿਹਾ ਤੂੰ, ਤੇ ਆਪਣੇ ਆਪ ਵਿੱਚ ਬੜਾ ਵੱਡਾ ਸ਼ਾਹ ਬਣ ਕੇ ਦਿਆ, ਦੋ ਗਜ ਦਾ ਕੱਪੜਾ ਜਿਹੜਾ ਤੂੰ ਮੈਨੂੰ ਬਖਸ਼ੀਸ਼ ਕਰਕੇ ਗਿਆ, ਦਾਨ ਕਰਕੇ ਗਿਆ। ਸਰਮਦ ਕਹਿੰਦਾ ਵੀ ਮੈਂ ਤਾਂ ਸਗੋਂ ਇਹ ਜਾਣਿਆ ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਔਰੰਗਜ਼ੇਬ, ਵੀ ਇਹ ਮੈਨੂੰ ਕੱਪੜਾ ਦੇ ਕੇ ਗਿਆ ਹੈ, ਸਰੂਪਾ ਦੇ ਕੇ ਗਿਆ, ਮੈਂ ਇਹਦਾ ਸਨਮਾਨ ਕਰਾਂ, ਅਤੇ ਮੈਂ ਸਨਮਾਨ ਕਰਦੇ ਹਾਂ ਉਹ ਤੇਰੀ ਦਿੱਤੀ ਚੀਜ਼ ਜਿਹੜੀ ਆਪਣੇ ਸਿਰ 'ਤੇ ਬੰਨ ਲਈ। ਅਤੇ ਕਹਿਣ ਲੱਗੇ ਵੀ ਤੂੰ ਹਿਰਦੇ ਜੇ ਵਡਿਆਈ ਜਾਣੀ ਨਹੀਂ ਵੀ ਮੈਂ ਤੈਨੂੰ ਮਾਣ ਸਨਮਾਨ ਦਿੱਤਾ, ਵੀ ਤੇਰਾ ਕੱਪੜਾ ਜਿਹੜਾ ਮੈਂ ਸਿਰ 'ਤੇ ਬੰਨ ਲਿਆ, ਜਿਹਦਾ ਭਾਵ ਹੈ ਵੀ ਤੇਰੀ ਜਿਹੜੀ ਵਸਤੂ ਹੈ ਉਹਨੂੰ ਮੈਂ ਸਭ ਤੋਂ ਉੱਚਿਆਂ ਰੱਖਿਆ ਦਿੱਤੀ ਹੋਈ ਨੂੰ, ਪਰ ਤੂੰ ਤਾਂ ਉਲਟਾ ਹੀ ਸਾਡੇ ਨਾਲੇ ਆ ਕੇ ਸਰਮਦ ਔਰੰਗਜ਼ੇਬ ਨੂੰ ਕਹਿੰਦਾ ਸਖਤੀ ਕਰਦਾ, ਉਲਟਾ ਦਬਕੇ ਮਾਰਦਾ ਵੀ ਇੱਕ ਤਾਂ ਤੇਰਾ ਦਿੱਤਾ ਕੱਪੜਾ ਸਿਰ 'ਤੇ ਬੰਨਿਆ ਉਹ ਸਨਮਾਨ ਦਿੱਤਾ, ਇਹਦੇ ਉਲਟਾ ਸਾਨੂੰ ਤੂੰ ਦਬਕੇ ਮਾਰਦਾ ਸਖਤੀ ਕਰਕੇ। ਕਹਿੰਦੇ ਵੀ ਉਹ ਬੇਅਕਲਿਆ ਫੇਰ ਚੰਗਾ ਸੀ ਜੇ ਤੇਰੇ ਕੋਲ ਲਿਆ ਹੋਇਆ ਸਰੂਪਾ ਜੋ ਹੈ ਉਹ ਮੈਂ ਆਪਣੇ ਜਿਹੜੇ ਨੰਗੇਜ ਨੂੰ ਢੱਕਦਾ ਇੰਦਰੀਆਂ ਦੇ ਬੰਨ ਲੈਂਦਾ ਫੇਰ ਤੇਰਾ ਸਤਿਕਾਰ ਹੋਣਾ ਸੀ, ਜਾਂ ਹੁਣ ਮੈਂ ਸਿਰ 'ਤੇ ਬੰਨਿਆ ਤਾਂ ਸਤਿਕਾਰ ਹੋਇਆ ਦਾਨ ਦਿੱਤੇ ਦਾ। ਹਾਂ ਤੋ ਪ੍ਰਸੰਨ ਹੋਵਤ ਲਖ ਆਸ਼ੀ, ਤੈਨੂੰ ਤਾਂ ਇਹ ਚੰਗੀ ਗੱਲ ਜਾਣ ਕੇ ਖੁਸ਼ ਹੋਣਾ ਚਾਹੀਦਾ ਸੀ ਵੀ ਮੇਰੇ ਕੱਪੜੇ ਨੂੰ ਸਿਰ 'ਤੇ ਬੰਨ ਕੇ ਸਨਮਾਨ ਦਿੱਤਾ ਏ। ਵਿਪਰੀਤ ਬੁੱਧ ਤੇ ਬਾਂਛੀ, ਇਵੇਂ ਸਰਮਦ ਕਹਿੰਦਾ ਵੀ ਮੈਂ ਤੇਰੀ ਜਿਹੜੀ ਵਿਪਰੀਤ ਉਲਟੀ ਜਿਹੀ ਰੀਤੀ ਆਪਣੀ ਚੰਗੀ ਅਕਲ ਨਾਲ ਜਾਣਦੀ ਹੈ ਵੀ ਤੂੰ ਕੋਈ ਬਹੁਤਾ ਚੰਗਾ ਸਮਝਦਾਰ ਪਾਤਸ਼ਾਹ ਨਹੀਂ, ਬੇਅਕਲਾ ਹੀ ਹੈ, ਇਹੋ ਜਿਹੀ ਅਕਲ ਦੇ ਨਾਲ ਹੀ ਤੂੰ ਲੋਕਾਂ ਦੇ ਰਾਜ ਕਰਦਾ ਹੋਵੇਂਗਾ, ਇਸੇ ਅਕਲ ਨਾਲ ਹੀ ਤੂੰ ਜਿਹੜੇ ਸੰਸਾਰ ਦੇ ਤੇਰੇ ਅੰਦਰ ਆਉਣ ਵਾਲੇ ਲੋਕ ਨੇ ਫਰਿਆਦੀ ਨੇ ਉਹਨਾਂ ਦਾ ਭਲਾ ਕਰਦਾ ਹੋਵੇਂਗਾ, ਭਾਵ ਬਿਲਕੁਲ ਹੀ ਤੂੰ ਭਲਾ ਨਹੀਂ ਕਰ ਸਕਦਾ। ਤੂੰ ਕੀ ਤੁਰਕਾਂ ਮੁਸਲਮਾਨਾਂ ਦੇ ਹਿੰਦੂਆਂ ਦਾ ਨਿਆਂ ਕਰਦਾ ਹੋਵੇਂਗਾ, ਤੈਨੂੰ ਦੇ ਖੁਦ ਨਹੀਂ ਅਕਲ ਹੈਗੀ। ਜਦੋਂ ਸਰਮਦ ਫਕੀਰ ਨੇ ਸ਼ਰੇ ਬਾਜ਼ਾਰ ਇਹ ਗੱਲ ਕਹੀ ਤਾਂ ਔਰੰਗਜ਼ੇਬ ਸੁਣ ਕੇ ਸੜ ਵੱਲ ਗਿਆ ਹਿਰਦੇ 'ਚ, ਪਰ ਗੱਲ ਸਹੀ ਗਈ ਸੀ ਜਿਸ ਕਰਕੇ ਉੱਤਰ ਵੀ ਕੋਈ ਨਾ ਆਇਆ ਇਸ ਨੂੰ। ਲੱਜਤ ਹੋਏ ਕਸ਼ਟ ਕੋ ਪਾਵਾ, ਸ਼ਰਮਿੰਦਾ ਹੋ ਕੇ ਤੇ ਬੜਾ ਦੁੱਖ ਪਾਇਆ ਔਰੰਗਜ਼ੇਬ ਨੇ, ਰਿਸਤ ਆਪਣੇ ਸਦਨ ਸਿਧਾ ਤੇ ਗੁੱਸਾ ਕਰਕੇ ਲਾਲ ਪੀਲਾ ਹੋ ਕੇ ਆਪਣੇ ਘਰ ਨੂੰ ਮਹਿਲਾਂ ਨੂੰ ਚਲਾ ਗਿਆ। ਪਰ ਹਿਰਦੇ ਜੀ ਈਰਖਾ ਕਰ ਲਈ, ਸਰਮਦ ਫਕੀਰ ਨੂੰ ਬਸ ਅੰਦਰ ਵਸਾ ਲਿਆ,
ਤੇ ਉਹਦੇ ਨਾਲ ਈਰਖਾ ਆਪਣੇ ਦਿਲ ਵਿੱਚ ਵਸਾ ਲਈ। ਮਹਿਮਾ ਦਰਵੇਸ਼ ਨਾਲਕ ਪਾਈ, ਤੇ ਦਰਵੇਸ਼ ਰੱਬ ਦਾ ਪਿਆਰਾ ਜਾਣ ਕੇ ਉਹਦੀ ਮਹਿਮਾ ਨਹੀਂ ਜਾਣੀ ਵੀ ਮਹਾਤਮਾ ਹੈ, ਵੀ ਮੈਂ ਈਰਖਾ ਕਾਹਦੀ ਕਰਨੀ ਸੰਤਾਂ ਨਾਲ। ਸਮਝੋ ਫੇਰ ਕੁਤਰਕ ਉਠਾਈ, ਹਾਂ ਸਮਝੋ ਫੇਰ ਕੁਤਰਕ ਉਠਾਈ, ਕਹਿੰਦਾ ਵੀ ਇਹਦਾ ਮੈਂ ਫੇਰ ਸਮਝੂੰਗਾ, ਇਹਨੂੰ ਨਾ ਫੇਰ ਮੈਂ ਚੰਗੀ ਤਰ੍ਹਾਂ ਦੱਸੂਗਾ ਜਿਹੜੀ ਇਹਨੇ ਕੁਤਰਕ ਕੀਤੀ ਹੈ ਸਰੇ ਬਾਜ਼ਾਰ ਮੇਰੇ ਅੱਗੇ। ਹਾਂ ਜਦੋਂ ਕਦੇ ਇਹਦੀ ਕੋਈ ਖਮਿਆਈ, ਕੋਈ ਗਲਤੀ, ਕੋਈ ਇਹਦੀ ਮੈਂ ਫੜ ਲਵਾਂਗਾ ਨਾ, ਕੋਈ ਇਹਦੀ ਸ਼ਿਕਾਇਤ ਆਈ, ਜਦੋਂ ਇਹਦਾ ਇਹਦੇ ਵਿੱਚ ਕੋਈ ਕਮੀ ਉਜਾਗਰ ਹੋਈ, ਉਹ ਮੌਕਾ ਭਾਲ ਕੇ ਫਿਰ ਇਹ ਵੀ ਕਸਰ ਮੈਂ ਸਾਰੀ ਕੱਢੂੰਗਾ ਜਿਹੜਾ ਹੁਣ ਮੇਰੇ ਨਾਲ ਇਹਨੇ ਬਾਜ਼ਾਰ ਵਿੱਚ ਮੇਰੇ ਸਾਹਮਣੇ ਨਰਾਦਰੀ ਕੀਤੀ। ਔਰੰਗਜ਼ੇਬ ਨੇ ਦਿਲ ਚੀਰਖਾ ਰੱਖ ਲਈ ਅਤੇ ਕਹਿੰਦਾ ਵੀ ਇਸ ਫਕੀਰ ਦੀ ਕੋਈ ਕਮੀ ਆ ਲੈਣ ਦਿਓ ਮੇਰੇ ਸਾਹਮਣੇ, ਜਿਵੇਂ ਸਾਡਾ ਲੋਕਾਂ ਦਾ ਸੁਭਾਅ ਏ ਵੀ ਕਮੀ ਲੱਭ ਲੈਣ ਦੇ ਕਰਾਂ, ਜਦੋਂ ਲੱਭ ਗਈ ਫੇਰ ਇਹਨੂੰ ਦੱਸਾਂਗੇ ਚੰਗੀ ਤਰ੍ਹਾਂ ਨੱਪ ਦਿਆਂਗੇ। ਹਾਂ ਸਰਮਦ ਖਰੋ ਰਹੇ ਹੋ ਤੇ ਸਥਾਨ, ਸਰਮਦ ਫਕੀਰ ਨਹੀਂ ਡਰਿਆ, ਉਹ ਤਾਂ ਉਸੇ ਥਾਂ ਉੱਦਾਂ ਹੀ ਖਲੋਤਾ ਰਿਹਾ। ਹਾਂ ਜਿਵੇਂ ਸਰੀਰ ਦਾ ਕੋਈ ਇਹਨੂੰ ਮੋਹ ਮਾ ਜਿਹਾ ਹੈ ਨਹੀਂ, ਮਸਤੀ ਦੀ ਹਾਲਤ ਹੈ, ਉਸੇ ਤਰ੍ਹਾਂ ਨਗਨ ਹੀ ਫਿਰਦਾ ਏ। ਕਿਉਂਕਿ ਬਿਰਤੀ ਇੱਕ ਰਸ ਪਰਮੇਸ਼ਰ ਦੇ ਆਨੰਦ ਵਿੱਚ ਝੂਮਦੀ ਰਹਿੰਦੀ ਹੈ, ਜਿਵੇਂ ਹਾਥੀ ਝੂਮਦਾ ਜਾਂਦਾ ਏ। ਲਿਵ ਵਾਹਿਗੁਰੂ ਨਾਲ ਲੱਗੀ ਹੈ, ਉਹ ਨਹੀਂ ਕਦੀ ਟੁੱਟਦੀ ਬਿਰਤੀ, ਉਧਰੋਂ ਨਹੀਂ ਕਦੀ ਭੁੱਲਦਾ। ਸਰਮਦ ਫਕੀਰ ਮਨ ਦੇ ਵਿੱਚ ਚੰਗੀ ਤਰ੍ਹਾਂ ਮਸਤੀ ਦੀ ਹਾਲਤ ਵਿੱਚ ਆ ਗਿਆ, ਦਿੱਲੀ ਦੇ ਬਾਜ਼ਾਰਾਂ ਵਿੱਚ ਟਿਕਿਆ ਰਹਿੰਦਾ ਫਿਰਦਾ ਤੁਰਦਾ ਏ। ਇੱਕ ਖੁਦਾ ਦੇ ਨਾਲ ਹੀ ਬਸ ਲੇਵ ਮਨ ਦੀ ਬਿਰਤੀ ਲੱਗੀ, ਖਿਆਲ ਵਾਹਿਗੁਰੂ ਵੱਲ ਹੀ ਰਹਿੰਦਾ ਹੈ, ਹੋਰ ਕਿਸੇ ਚੀਜ਼ ਦੀ ਪਛਾਣ ਹੀ ਨਹੀਂ ਕਰਦਾ, ਪਰਵਾਹ ਹੀ ਨਹੀਂ ਕਰਦਾ ਖੁਦਾ ਤੋਂ ਬਗੈਰ ਕਿਸੇ ਦੀ। ਫਕੀਰ ਆਪਣੀ ਮਸਤੀ ਜਾਇਆ ਕਦੀ ਕਦੀ ਕਹਿੰਦੇ ਵੀ ਰਗੜਾ ਲਾ ਕੇ ਤੇ ਫੇਰ ਥੋੜਾ ਜਿਹਾ ਬਿਜੀਆ ਪਾਨ ਵੀ ਕਰਦਾ ਹੈ, ਸੁੱਖਾ ਪੀ ਲੈਂਦਾ ਏ। ਇੱਕ ਜਦ ਬਿਰਤੀ ਰੱਖਦਾ ਹੈ ਬੜਾ ਹੀ ਮਤਵੰਤਾ ਸਿਆਣਾ ਪੁਰਖੇ, ਫਿਰ ਮੰਗਦਾ ਕਿਸੇ ਕੋਲ ਕੁਝ ਨਹੀਂ ਹੈ ਵੀ ਜੇ ਕੋਈ ਆ ਕੇ ਇਹਨੂੰ ਭੋਜਨ ਦੇ ਦੇਵੇ ਛਕਣ ਵਾਸਤੇ, ਉਹੀ ਖਾ ਕੇ ਰੱਜਿਆ ਰਹਿੰਦਾ ਭਾਵੇਂ ਕਈ ਕਈ ਦਿਨ ਨਾ ਆਵੇ, ਪਰ ਮਨ ਦੇ ਵਿੱਚ ਭੁੱਖ ਨਹੀਂ ਕਿਸੇ ਤਰ੍ਹਾਂ ਦੀ। ਬੇਖਾਹਸ਼ ਹੈ, ਖਾਹਸ਼ ਹੈ ਹੀ ਕੋਈ ਨਹੀਂ ਹੈ, ਜੇ ਖਾਹਸ਼ ਹੀ ਕਰਨੀ ਹੁੰਦੀ ਤੇ ਮਾਂ ਬਾਪ ਨੇ ਬੜੀ ਦੌਲਤ ਛੱਡੀ ਸੀ, ਪਰ ਬੇਖਾਸ਼ ਹੋ ਕੇ ਸਮਾਂ ਏਦਾਂ ਹੀ ਲੰਘਾਉਂਦਾ ਹੈ, ਅਕਾਂਤ ਵਿੱਚ ਬੈਠਾ ਰਹਿੰਦਾ, ਇਕੱਲਾ ਕਾਰਾਂ ਦੇ ਆਨੰਦ ਦੇ ਨਾਲ ਜੁੜਿਆ ਰਹਿੰਦਾ ਪਰਮੇਸ਼ਰ ਵਿੱਚ। ਇੱਕ ਦਿਨ ਕਹਿੰਦੇ ਵੀ ਇਹ ਕੀ ਕਰ ਰਿਹਾ ਸੀ, ਭੰਗ ਖਾ ਰਿਹਾ ਜਾਂ ਪੀ ਰਿਹਾ ਸੀ। ਉਸ ਸਮੇਂ ਮਸਜਿਦ ਦੇ ਚੰਗੇ ਚੰਗੇ ਪੜ੍ਹੇ ਲਿਖੇ ਮੁਲਾਣੇ ਆ ਗਏ ਤੇ ਉਹ ਵੇਖ ਰਹੇ ਨੇ ਵੀ ਮਸੀਬ ਦੇ ਵਿੱਚੋਂ ਆ ਕੇ ਵੀ ਸਰਮਤ ਜਿਹੜਾ ਇਹ ਭੰਗ ਪੀ ਰਿਹਾ ਹੈ, ਕਹਿਣ ਲੱਗਾ ਉਹ ਸਰਮਤ ਫਕੀਰ ਸ਼ਰ੍ਹਾਂ ਦੇ ਕਾਨੂੰਨ ਤੋਂ ਬਾਹਰ ਹੈ, ਸ਼ਰ੍ਹਾਂ ਦੇ ਵਿੱਚ ਆ ਬਿਜੀਆ ਪਾਣ, ਇਹ ਭੰਗ ਪੀਣੀ ਮਨਾ ਹੈ।
ਮਾਰ। ਤੂੰ ਸ਼ਰ੍ਹਾ ਦਾ ਡਰ ਰੱਖ ਕੇ ਕਿਉਂ ਨੀ ਇਸ ਗੱਲ ਦਾ ਸੰਕੋਚ ਕਰਦਾ, ਕਾਹਦੇ ਲਈ ਪੀ ਰਿਹਾ ਇਸ ਦੇ ਤਾਈ? ਸਰਮਦ ਕਹਿਓ ਤੋਰ ਹਮਡਾਰੀ। ਸਰਮਦ ਕਹਿਣ ਲੱਗਾ, ਉਹ ਮੁਲਾਣੇ ਉਹ ਕਾਜੀ, ਉਹ ਕਿਹੜੀ ਸ਼ਰ੍ਹਾ ਦੀ ਗੱਲ ਕਰਦੇ ਹੋ ਜਿਹੜੀ ਫਾਹੀ ਜੀ ਤੁਸੀਂ ਕਹਿੰਦੇ, ਇਹਦਾ ਅਸੀਂ ਤੋੜ ਕੇ ਸੁੱਟ ਦਿੱਤੀ ਹੈ। ਇਹ ਸ਼ਰ੍ਹਾ ਦੀ ਫਾਸੀ ਫਾਹਾ ਜਾ ਤੁਹਾਡੇ ਗੱਲ ਚ ਖੁਦਾ ਨੇ ਪਾਇਆ, ਅਸੀਂ ਤਾਂ ਤੋੜ ਤਾੜ ਕੇ ਫਾਹੀਆਂ ਦੀਆਂ ਸੁੱਟ ਦਿੱਤੀਆਂ ਸਭ। ਤੇ ਜਿਹੜੇ ਮੁਲਾਣੇ ਸਨ ਮਨ ਕਰਕੇ ਖੋਡੇ ਸੀ ਇਹ ਬੇਪਰਵਾਹੀ ਦਾ, ਜਦੋਂ ਸਰਮਦ ਫਕੀਰ ਦਾ ਵਚਨ ਸੁਣਿਆ ਔਰੰਗਜ਼ੇਬ ਕੋਲ ਚਲੇ ਗਏ, ਇਕੱਠੇ ਹੋ ਗਏ ਤੇ ਔਰੰਗਜ਼ੇਬ ਨੂੰ ਸ਼ਿਕਾਇਤ ਕਰਤੀ ਜਾ ਕੇ ਸਰਮਦ ਫਕੀਰ ਦੀ। ਕਹਿਣ ਲੱਗੇ ਵੀ ਹੇ ਔਰੰਗਜ਼ੇਬ ਜੀ, ਤੁਹਾਡਾ ਕਾਹਦਾ ਰਾਜ ਭਾਗ ਹੈ ਵੀ ਤੁਹਾਡਾ ਜਿਹੜਾ ਇਹ ਪੁਰੀ ਹੈ ਜਿੱਥੇ ਦਿੱਲੀ ਦੇ ਤਖ਼ਤ ਤੇ ਤੁਸੀਂ ਬਿਰਾਜਮਾਨ ਹੋ, ਇਸ ਦਿੱਲੀ ਦੇ ਵਿੱਚ ਹੀ ਸ਼ਰ੍ਹਾਂ ਨਹੀਂ ਪੱਕੀ, ਸ਼ਰ੍ਹਾਂ ਦੀ ਮਰਿਆਦਾ ਲਾਗੂ ਨਹੀਂ ਹੋਈ ਸਭ ਥਾਵਾਂ ਤੇ, ਹੋਰ ਕਿਸੇ ਥਾਂ ਦੀ ਗੱਲ ਕੀ ਕਰਨੀ ਹੈ? ਜੇ ਦਿੱਲੀ ਸ਼ਹਿਰ ਦੇ ਵਿੱਚ ਹੀ ਸ਼ਰ੍ਹਾਂ ਇਸਲਾਮ ਦਾ ਕਾਨੂੰਨ ਲਾਗੂ ਨਹੀਂ ਹੈ, ਜੇ ਸ਼ਹਿਰ ਵਿੱਚ ਰਹਿਣ ਵਾਲੀ ਸ਼ਰ੍ਹਾਂ ਵਿੱਚ ਨਹੀਂ ਚੱਲਣਗੇ ਜਿੱਥੇ ਤੁਸੀਂ ਆਪ ਬਿਰਾਜਦੇ ਹੋ, ਤਾਂ ਦੂਸਰੇ ਸ਼ਹਿਰਾਂ ਰਿਆਸਤਾਂ ਦੇ ਵਿੱਚ ਤੇ ਫਿਰ ਕਿੰਨੇ ਕਾਨੂੰਨ ਮੰਨਣਾ ਸ਼ਰ੍ਹਾਂ ਦਾ? ਹੋਏ ਤੋਰੇ ਤੇ ਸ਼ਰ੍ਹਾਂ ਉਦਾਰਾ। ਹਾਂ ਤੁਹਾਡੇ ਵੇਖੋ ਵੀ ਹੋਏ ਤੋਰੇ ਤੇ, ਤੇਰੇ ਹੁਕਮ ਦੇ ਹੁੰਦਿਆਂ ਹੋਇਆਂ ਵੀ ਪ੍ਰਗਟ ਹੀ ਇੱਥੇ ਸ਼ਰ੍ਹਾਂ ਦੇ ਇਸਲਾਮ ਦੇ ਕਾਨੂੰਨ ਨੂੰ ਤੋੜਿਆ ਜਾ ਰਿਹਾ ਏ। ਤੇ ਜੇ ਤੁਹਾਡਾ ਹੁਕਮ ਨਾ ਚੱਲਿਆ, ਜੇ ਦਿੱਲੀ ਵਿੱਚ ਕੰਟਰੋਲ ਕਾਬੂ ਨਾ ਕੀਤਾ, ਤਾਂ ਇਸਲਾਮ ਦੀ ਮਰਿਆਦਾ ਵਿੱਚ ਵਿਗਾੜ ਪੈ ਜਾਊਗਾ ਪ੍ਰਗਟ ਹੀ। ਹਾਂ ਪੁੱਛਣ ਲੱਗਾ ਵੀ ਦੱਸੋ ਵੀ ਕੌਣ ਹੈ ਜਿਹੜਾ ਦਿੱਲੀ 'ਚ ਸ਼ਰ੍ਹਾਂ ਦੇ ਵਿੱਚ ਨਹੀਂ ਚੱਲਦਾ? ਤੇ ਉਹ ਮੁਲਾਣੇ ਕਾਜੀ ਕਹਿਣ ਲੱਗੇ ਹੋਰ ਕੌਣ ਹੈ? ਉਹੀ ਸਰਮਦ ਫਕੀਰ ਝੱਲਾ ਜਿਹਾ, ਉਹ ਕਹਿੰਦੇ ਵੀ ਤੇਰੇ ਹੁਕਮ ਨੂੰ ਨਹੀਂ ਮੰਨਦਾ ਤੇ ਉਹਨੇ ਸ਼ਰ੍ਹਾਂ ਦੀ ਮਰਿਆਦਾ ਤੋੜ ਸੁੱਟੀ, ਕਾਨੂੰਨ ਨਹੀਂ ਮੰਨਦਾ। ਹਾਂ ਉਹ ਸ਼ਰ੍ਹਾਂ ਤੋੜੀ ਹੈ ਤੇ ਕਿਸੇ ਪ੍ਰਕਾਰ ਦੇ ਨਾਲ ਸ਼ਰ੍ਹਾਂ ਨੂੰ ਨਹੀਂ ਮੰਨਦਾ, ਨਾ ਤੁਹਾਡੇ ਹੁਕਮ ਨੂੰ ਮੰਨਦਾ ਕਿਸੇ ਤਰ੍ਹਾਂ। ਤੇ ਇਹ ਗੱਲ ਵੀ ਸਾਰਿਆਂ ਦੇ ਵਿੱਚ ਪ੍ਰਗਟ ਹੈ ਵੀ ਰੋਜ਼ ਹੀ ਸਰਮਦ ਫਕੀਰ ਭੰਗ ਪੀਂਦਾ ਰਹਿੰਦਾ ਬਾਜ਼ਾਰ ਵਿੱਚ ਬੈਠ ਕੇ। ਤੇ ਜੇ ਅਸੀਂ ਉਹਨੂੰ ਸਮਝਾਇਆ ਵੀ ਇਹ ਇਸਲਾਮ ਦੇ ਉਲਟ ਹੈ ਤੇ ਸਾਨੂੰ ਕਹਿੰਦਾ ਵੀ ਇਹ ਫਾਹੀਆਂ ਤੁਹਾਡੇ ਗੱਲ ਵਿੱਚ ਨੇ, ਮੈਂ ਤੇ ਤੋੜ ਸੁੱਟੀਆਂ ਨੇ। ਪਹਿਲੀ ਈਰਖਾ ਵੀ ਜਿਹੜੀ ਔਰੰਗਜ਼ੇਬ ਨੂੰ ਚੇਤੇ ਆ ਗਈ ਵੀ ਭਰੇ ਸਰੇ ਬਾਜ਼ਾਰ ਇਹਨੇ ਮੇਰੀ ਬੇਇੱਜ਼ਤੀ ਕੀਤੀ ਸੀ, ਤੇ ਹੁਣ ਇਹਦੀ ਖਮਿਆਈ ਸ਼ਿਕਾਇਤ ਆਈ ਹੈ, ਉਹ ਵੀ ਸਮਾਂ ਵਿਚਾਰ ਲਿਆ ਉਹ ਦਿਲ ਦੀ ਕਿੜ ਕੱਢਣ ਵਾਸਤੇ ਵੀ ਹੁਣ ਆਇਆ ਏ, ਇਹ ਮੇਰੀ ਦਾੜ ਥੱਲੇ ਮੇਰੇ ਹੁਣ ਦਾ ਥੱਲੇ ਆਇਆ ਏ। ਨੌਕਰਾਂ ਸੋ ਗਿਰਾ ਉਚਾਰੇ, ਆਪਣੇ ਨੌਕਰਾਂ ਨੂੰ ਸਿਪਾਹੀਆਂ ਨੂੰ ਵਚਨ ਕੀਤਾ, ਹੁਕਮ ਕਰ ਦਿੱਤਾ ਔਰੰਗਜ਼ੇਬ ਨੇ, ਕਹਿੰਦੇ ਜਾਓ ਇਹਨੂੰ ਫਕੀਰ ਨੂੰ ਜਿੱਥੇ ਕਿੱਥੇ ਵੀ ਹੋਵੇ ਫੜ ਕੇ ਲੈ ਆਓ, ਬੇੜੀਆਂ ਪਾ ਕੇ ਤੋਰ ਕੇ ਲਿਆਓ ਇਹਨੂੰ। ਤੇ ਕੈਦ ਖਾਨੇ ਜਿੱਥੇ ਬਾਕੀ ਕੈਦ ਨੇ ਉੱਥੇ ਸੁੱਟ ਦੇ ਇਹਨੂੰ ਜੂੜ ਕੇ ਚੰਗੀ ਤਰ੍ਹਾਂ। ਤੇ ਜਦੋਂ ਫਿਰ ਸ਼ਰ੍ਹਾਂ ਨੂੰ ਸਮਝਣ ਲੱਗ ਪਏ ਵੀ ਅਸੀਂ ਮੰਨਾਂਗੇ, ਤੇ ਜਦੋਂ ਮੰਨਣ ਲੱਗ ਪਵੇ ਤੁਹਾਡੀ ਗੱਲ, ਕਹਿਣ ਲੱਗਾ ਵੀ ਫੇਰ ਹੀ ਇਹਨੂੰ ਛੱਡਣਾ, ਉਹਨਾਂ ਚਿਰ ਛੱਡਣਾ ਨਹੀਂ। ਔਰੰਗਜ਼ੇਬ ਨੇ ਸਿਪਾਹੀਆਂ ਨੂੰ ਕਹਿ ਦਾ ਜਿੰਨਾ ਚਿਰ
ਸਰਮਦ ਫਕੀਰ ਇਹ ਨਹੀਂ ਕਹਿੰਦਾ ਵੀ ਜਿਵੇਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ, ਮਾਫੀ ਦੇ ਦਿਓ, ਉਹਨਾਂ ਚਿਰ ਨਹੀਂ ਛੱਡਣਾ ਉਸ ਦੇ ਤਾਈ। ਨੌਕਰਾਂ ਨੇ ਉਸੇ ਵੇਲੇ ਜਾ ਕੇ ਬਾਦਸ਼ਾਹ ਦਾ ਹੁਕਮ ਸੁਣ ਕੇ ਪਕੜ ਲਿਆ ਫਕੀਰ ਦੇ ਤਾਈ, ਪੈਰਾਂ ਦੇ ਵਿੱਚ ਫਕੀਰ ਸਰਮਦ ਦੇ ਬੇੜੀਆਂ ਪਾ ਦਿੱਤੀਆਂ, ਸੰਗਲ ਮਾਰ ਦਿੱਤੇ ਤੇ ਆ ਕਰਕੇ ਕੈਦ ਖਾਨੇ ਦੇ ਵਿੱਚ ਪਾ ਦਿੱਤਾ। ਕਰਿਓ ਰਹਿਓ ਕੈਦ ਮੈਂ ਹਿਰਦੈ ਆਨੰਦ, ਕੈਦ ਵਿੱਚ ਤਾਂ ਪਾ ਦਿੱਤਾ ਪਰ ਕੈਦ ਵਿੱਚ ਬੈਠਾ ਵੀ ਸਰਮਦ ਫਕੀਰ ਆਨੰਦ ਦੇ ਵਿੱਚ ਹੀ ਆ, ਖੁਸ਼ੀਆਂ ਦੇ ਵਿੱਚ ਹੀ ਹੈ। ਤਾਂ ਪਰਮੇਸ਼ਰ ਦਾ ਸਿਮਰ ਨਹੀਂ ਛੱਡਿਆ, ਜੇਲ੍ਹ ਖਾਨੇ 'ਚ ਵੀ ਆ ਕੇ ਬੜਾ ਵਾਹਿਗੁਰੂ ਦੇ ਨਾਲ ਬੁਲੰਦ ਪ੍ਰੇਮ ਲੱਗਾ ਹੋਇਆ ਏ। ਮਨ ਵਿੱਚ ਕੁਝ ਵੀ ਇਹਨੇ ਕਠਿਨਾਈ ਨਾ ਸਮਝੀ, ਜੇਲ੍ਹ ਵਿੱਚ ਪੈਣ ਦਾ ਬੇੜੀਆਂ 'ਚ ਬੰਨਣ ਦਾ ਕੋਈ ਦੁੱਖ ਨਾ ਮਨਾਇਆ ਸਰਮਦ ਫਕੀਰ ਨੇ। ਤੇ ਲੋਕ ਜਿਹੜੇ ਵੇਖਣ ਆਉਂਦੇ ਸਨ ਵੀ ਇਹਨੂੰ ਤਾਂ ਭੂਰਾ ਵੀ ਫਰਕ ਨਹੀਂ ਪਿਆ, ਉਹਨਾਂ ਜਾ ਕਰਕੇ ਦੱਸਿਆ ਬਾਦਸ਼ਾਹ ਦੇ ਕੋਲ। ਔਰੰਗਜ਼ੇਬ ਨੂੰ ਕਹਿਣ ਲੱਗੇ ਵੀ ਹੇ ਬਾਦਸ਼ਾਹ ਸਲਾਮਤ, ਕਹਿੰਦੇ ਵੀ ਉਹਨੂੰ ਕੈਦ ਤਾਂ ਤੁਸੀਂ ਕਰ ਲਿਆ ਫਕੀਰ ਸਰਮਦ ਨੂੰ, ਪਰ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਹੈ, ਉਹ ਕੈਦ ਦੇ ਵਿੱਚ ਵੀ ਮਸਤ ਹੋਇਆ, ਕੋਈ ਗਮੀ ਨਹੀਂ, ਕੋਈ ਦੁੱਖ ਨਹੀਂ ਹੈ। ਕੈਦ ਵਿੱਚ ਪਕੜੇ ਜਾਣ ਦਾ ਵੀ ਉਹਨੇ ਕੋਈ ਦੁੱਖ ਨਹੀਂ ਮਨਾਉਣਾ ਕੀਤਾ। ਜਿਵੇਂ ਪਹਿਲਾਂ ਬਾਹਰ ਬਾਜ਼ਾਰ ਵਿੱਚ ਤੁਰਦਿਆਂ ਫਿਰਦਿਆਂ ਜੋ ਗੱਲਾਂ ਕਰਦਾ ਸੀ, ਜਿਵੇਂ ਬੋਲਦਾ ਸੀ, ਜਿਵੇਂ ਹੱਸਦਾ ਸੀ, ਉਸੇ ਤਰ੍ਹਾਂ ਹੀ ਉਹ ਕੈਦ ਖਾਨੇ ਦੇ ਵਿੱਚ ਕਰ ਰਿਹਾ ਏ। ਔਰੰਗਜ਼ੇਬ ਦੇ ਤਾਈਂ ਕਹਿਣ ਲੱਗੇ ਵੀ ਹੁਣ ਉਹਦੀ ਖਲਾਸੀ ਕਰ ਦਿਓ, ਵੀ ਉਹਨੂੰ ਤਾਂ ਕੋਈ ਫਰਕ ਫੁਰਕ ਪੈਂਦਾ ਨਹੀਂ ਹੈ ਜੇਲ੍ਹ ਵਿੱਚ ਪਾਉਣ ਦਾ। ਤ੍ਰਾਸ ਤੇ ਕਹਿਓ ਸ਼ਾਹੇ, ਔਰੰਗਜ਼ੇਬ ਨੇ ਉਦੋਂ ਕਿਹਾ ਸੁਣ ਕੇ ਵੀ ਆਪ ਕਰੋ ਖਲਾਸ, ਵੀ ਚਲੋ ਫਿਰ ਛੱਡ ਦਿਓ ਉਹਨੂੰ, ਪਰ ਅੱਗੇ ਕੋ ਪਜਾਵੋ ਤ੍ਰਾਸ, ਵੀ ਅੱਗੇ ਤੋਂ ਉਹਦੇ ਅੰਦਰ ਡਰ ਜਿਹਾ ਪਾਓ, ਉਹਨੂੰ ਧਮਕੀ ਦਿਓ ਵੀ ਜੇ ਫੇਰ ਨਾ ਤੂੰ ਇਹ ਸਰਾ 'ਚ ਰਿਹਾ ਜਾਂ ਉਲਟ ਕੋਈ ਗੱਲ ਕੀਤੀ ਤਾਂ ਇਹਤੋਂ ਵੱਡੀ ਸਜ਼ਾ ਦੇਵਾਂਗੇ, ਵੀ ਡਰ ਕੇ ਘੱਲੋ ਉਹਨੂੰ ਵਾਪਸ। ਅਤੇ ਉਹਨੂੰ ਇਹ ਗੱਲ ਸਮਝਾ ਦਿਓ ਵੀ ਸੁਖੀ ਦੇ ਤੂੰ ਤਾਂ ਹੀ ਹੋਵੇਂਗਾ ਜੇ ਸਰਾ ਦੇ ਵਿੱਚ ਇਸਲਾਮ ਦੀ ਮਰਿਆਦਾ 'ਚ ਪੱਕਾ ਹੋ ਕੇ ਚੱਲੇਗਾ, ਨਹੀਂ ਤਾਂ ਫਿਰ ਤੈਨੂੰ ਇੱਥੇ ਹੀ ਕੈਦ ਖਾਨੇ 'ਚ ਲਿਆ ਕੇ ਤੂੰ ਵੀ ਬੁਰੀ ਹਾਲਤ ਕਰਾਂਗੇ ਤੇਰੀ। ਔਰੰਗਜ਼ੇਬ ਦੀ ਆਗਿਆ ਸੁਣ ਕੇ ਆ ਕੇ ਉਹ ਜਿੱਥੇ ਸਰਮਦ ਫਕੀਰ ਕੈਦ ਸੀ ਉਹਨੂੰ ਛੁਡਾ ਦਿੱਤਾ। ਤੇ ਜਿਵੇਂ ਔਰੰਗਜ਼ੇਬ ਨੇ ਹੁਕਮ ਕੀਤਾ ਸੀ ਉਹ ਸਾਰਾ ਹੀ ਸੁਣਾ ਦਿੱਤਾ ਵੀ ਉਹ ਫਕੀਰ ਜੀ ਹੁਣ ਕਾਨੂੰਨ ਸ਼ਰ੍ਹਾਂ ਦੇ ਤੋਂ ਉਲਟ ਨਾ ਚੱਲਿਓ, ਨਹੀਂ ਤੇ ਫਿਰ ਇੱਥੇ ਹੀ ਜਕੜ ਕੇ ਲਿਆ ਰੱਖਣਾ ਜੇ। ਸੁਣ ਕੇ ਸਰਮਦ ਫਕੀਰ ਨੇ ਸਾਰਿਆਂ ਵਿੱਚ ਇਹ ਗੱਲ ਕਹੀ ਸੀ, ਕਹਿੰਦੇ ਵੀ ਸਾਨੂੰ ਕੀ ਬੰਧਨ ਪਾਉਣੇ ਹੈ ਜਿਹੜੇ ਸ਼ਰ੍ਹਾਂ ਦੇ ਕਾਨੂੰਨ ਵਿੱਚ ਇੱਛੇ ਬੱਝੇ ਹੋਏ ਨੇ, ਉਹਨਾਂ ਨੂੰ ਅੱਗੇ ਖੁਦਾ ਦੇ ਦਰ ਤੇ ਵੀ ਬੰਧਨ ਹੀ ਪੈਣਗੇ, ਉਹਨਾਂ ਦੀ ਤੇ ਅੱਗੇ ਵੀ ਖੁਲਾਸੀ ਨਹੀਂ ਹੋਵੇਗੀ, ਉੱਥੇ ਵਰਲਾਪ ਕਰਨਗੇ, ਦੋਜਕਾਂ ਦੀ ਅੱਗ 'ਚ ਸੜਨਗੇ, ਦੁਖੀ ਹੋਣਗੇ ਉਹ ਸਾਰੇ ਜਿਹੜੇ ਇੱਛੇ ਬੱਝੇ ਨੇ ਸ਼ਰ੍ਹਾਂ ਅੰਦਰ, ਅੱਗੇ ਵੀ ਬੱਝੇ ਹੀ ਰਹਿਣਗੇ ਵਾਹਿਗੁਰੂ ਦੇ ਦਰ ਤੇ।
ਨਾ ਕੋਈ, ਕਿਉਂਕਿ ਪਰਮੇਸ਼ਰ ਦੀ ਕਰਨਾ ਤੋਂ ਬਗੈਰ ਤੇਰੀ ਕਿਸੇ ਦੇ ਬੰਧਨ ਛੁੱਟਦੇ ਖਲਾਸੀ ਹੁੰਦੀ। ਹੱਕ ਮਿਹਰ ਤੇ ਜੋ ਛੁੱਟ ਗਏ, ਹੱਕ ਮਿਹਰ ਤੇ ਜੋ ਛੁੱਟ ਗਏ, ਜਿਹੜੇ ਹੱਕ ਸੱਚਾ ਜੋ ਰੱਬ ਪਰਮੇਸ਼ਰ ਹੈ ਉਹਦੀ ਮਿਹਰ ਦਾ ਸਦਕਾ ਇਹ ਬੰਧਨਾਂ ਤੋਂ ਛੁੱਟ ਗਏ ਹਨ। ਜਿਹੜੇ ਸ਼ਰ੍ਹਾਂ ਦੇ ਬੰਧਨਾਂ ਤੋਂ ਜੰਜੀਰਾਂ ਤੋਂ ਛੁੱਟੇ ਨੇ ਰੱਬ ਦੀ ਕਿਰਪਾ ਨਾਲ, ਉਹ ਫੇਰ ਨਹੀਂ ਕਿਸੇ ਬੰਧਨ ਦੇ ਵਿੱਚ ਪੈਂਦੇ। ਭਾਵ ਇਹਨੇ ਕਿਹਾ ਵੀ ਜਦੋਂ ਰੱਬ ਦੀ ਕਿਰਪਾ ਨਾਲ ਹੋਰ ਬੰਧਨ ਸਾਡੇ ਟੁੱਟ ਗਏ ਹੈ, ਹੁਣ ਆਹ ਤੁਹਾਡੇ ਕੈਦ ਖਾਨੇ ਬੰਧਨ ਸਾਨੂੰ ਕੀ ਡੁਲਾ ਸਕਦੇ ਨੇ। ਇਹਦੇ ਅੱਲਾਹ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗੂਗਾ ਵੀ ਉੱਥੇ ਕੌਣ ਵੱਜਾ, ਇਹਦੇ ਕੌਣ ਛੁੱਟਾ ਹੈ। ਸਰਮਦ ਫਕੀਰ ਫਿਰ ਬਾਜ਼ਾਰ ਵਿੱਚ ਸ਼ਹਿਰ ਦੇ ਅੰਦਰ ਜਾ ਕੇ ਉੱਥੇ ਰਹਿਣ ਲੱਗ ਪਿਆ। ਜਿਸ ਸਰਮਦ ਨੇ ਖੁਦਾ ਦਾ ਰਸਤਾ ਪ੍ਰਾਪਤ ਕੀਤਾ ਲੰਬਾ ਹੋਇਆ ਸੀ। ਕਰਹਿ ਨਾ ਕਾਨ ਕਾਹੂ ਕੀ ਕੈਸੇ, ਕਾਨ ਕਨੋੜ ਹੁੰਦੀ ਵੀ ਕਿਸੇ ਦਾ ਡਰ ਮੰਨਣਾ, ਕਿਸੇ ਦੇ ਅਧੀਨ ਚੱਲਣਾ। ਇਹ ਕਾਨ ਕਨੋੜ ਜੀ ਕਿਸੇ ਦੀ ਵੀ ਨਹੀਂ ਮੰਨਦਾ। ਫਕੀਰ ਸਦਾ ਆਪਣੇ ਆਨੰਦ ਵਿੱਚ ਰਹਿੰਦਾ ਹੈ ਜਿਵੇਂ ਪਹਿਲਾਂ ਸੀ। ਮਨ ਵਿੱਚ ਮਸਤ ਰਹਿੰਦਾ ਜਿਵੇਂ ਅਮਲੀ ਨੂੰ ਆਪਣਾ ਹੀ ਧਿਆਨ ਹੁੰਦਾ, ਇਸੇ ਤਰ੍ਹਾਂ ਇਹਦਾ ਮਨ ਅੰਦਰ ਟਿਕਿਆ ਹੈ। ਤੇ ਉਹਨਾਂ ਕੀ ਦਿਨਾਂ ਦੇ ਵਿੱਚ ਕਹਿੰਦੇ ਜਦੋਂ ਦਾਰਾ ਸ਼ਿਕੋਹ ਨੂੰ ਪਕੜਿਆ ਸੀ ਤੇ ਦਿੱਲੀ ਵਿੱਚ ਲੈ ਕੇ ਆਏ ਸਨ। ਤੇ ਬਾਤ ਕਰਤ ਜਿਹੜੇ ਗੱਲਾਂ ਕਰਦੇ ਨੇ ਨਾ ਵੀ ਔਰੰਗਜ਼ੇਬ ਨੇ ਵੇਖੋ ਵੀ ਦਾਰਾ ਸ਼ਿਕੋਹ ਭਰਾ ਫੜ ਲਿਆ ਆਪਣਾ, ਤੇ ਉਹਨਾਂ ਨੂੰ ਸੁਣਾ ਕੇ ਸਰਮਦ ਫਕੀਰ ਏਦਾਂ ਕਹਿੰਦਾ ਹੁੰਦਾ ਸੀ। ਉੱਚੀ ਉੱਚੀ ਪੁਕਾਰ ਕੇ ਕਹਿੰਦਾ, ਇਹ ਲੋਕੋ ਸੁਣ ਲਓ ਮੇਰੀ ਗੱਲ, ਕਿਹੜਾ ਕਰ ਸਕਦਾ ਦਾਰਾ ਸ਼ਿਕੋਹ ਨੂੰ ਕੈਦ, ਅਸੀਂ ਤੁਹਾਨੂੰ ਵੱਡੇ ਆਪਣੇ ਤਖ਼ਤ ਤੇ ਬਿਠਾਵਾਂਗੇ। ਸਭ ਥਾਵਾਂ ਦੀ ਸਲਤਨਤ ਪਾਤਸ਼ਾਹ ਦਾਰਾ ਸ਼ਿਕੋਹ ਨੂੰ ਦੇ ਦਿਆਂਗੇ ਅਸੀਂ ਤਾਂ, ਤੇ ਨਿਸ਼ਚਾ ਕਰੋ ਔਰੰਗਜ਼ੇਬ ਤੋਂ ਵੱਡਾ ਬਾਦਸ਼ਾਹ ਹੋਵੇਗਾ ਦਾਰਾ ਸ਼ਿਕੋਹ। ਇਸ ਤਰ੍ਹਾਂ ਜਿਸ ਸਮੇਂ ਦਾਰਾ ਸ਼ਿਕੋਹ ਕੈਦ ਕੀਤਾ ਹੋਇਆ ਸੀ, ਦਿਨ ਦੇ ਵਿੱਚ ਕਈ ਕਈ ਵਾਰ ਇਹ ਫਕੀਰ ਕਹਿੰਦੇ ਇਸੇ ਤਰ੍ਹਾਂ ਉਚਾਰਦਾ ਰਹਿੰਦਾ ਲੋਕਾਂ ਵਿੱਚ, ਤੇ ਬਹੁਤਿਆਂ ਲੋਕਾਂ ਦੇ ਕੰਨਾਂ ਵਿੱਚ ਇਹ ਆਵਾਜ਼ ਪਾਉਂਦਾ ਵਾਰ ਵਾਰ ਵੀ ਔਰੰਗਜ਼ੇਬ ਤੋਂ ਵੱਡਾ ਰਾਜ ਦੇਵਾਂਗੇ ਦਾਰਾ ਸ਼ਿਕੋਹ ਦੇ ਤਾਈਂ। ਸੁਣ ਨੌਰੰਗ ਨਿਕਟ ਬਤਾਵੈ, ਤੇ ਲੋਕ ਸੁਣ ਸੁਣ ਕੇ ਜਾਂਦੇ ਔਰੰਗਜ਼ੇਬ ਨੂੰ ਦੱਸਦੇ ਹਨ। ਉਹਦਾ ਕੋਈ ਵਸ ਤੇ ਚੱਲਦਾ ਨਹੀਂ ਹੈ, ਬੜਾ ਸੜਦਾ ਬਲਦਾ ਹੈ ਜਦੋਂ ਸੁਣਦਾ ਵੀ ਸਰਮਦ ਫਕੀਰ ਕਹਿੰਦਾ ਹੈ ਵੀ ਦਾਰਾ ਸ਼ਿਕੋਹ ਨੂੰ ਤਾਂ ਅਸੀਂ ਵੱਡਾ ਤਖ਼ਤ ਦੇਵਾਂਗੇ। ਤੇ ਇਸ ਤਰ੍ਹਾਂ ਕਹਿੰਦਾ ਵੀ ਇਹ ਅਜਾਣ ਇਹ ਬੇਸਮਝ ਕੀ ਬਕਵਾਸ ਜੀ ਕਰਦਾ ਰਹਿੰਦਾ ਫਕੀਰ ਰੋਜ਼ ਹੀ। ਕੋਈ ਨੀ ਦਿਨ ਆ ਲੈਣ ਦੋ, ਇਸ ਕੇ ਪ੍ਰਾਨ ਕਰੋ ਮੈਂ ਹਾਨਾ,
ਵੀ ਜਿਸ ਇਹ ਦਾਰਾ ਸਕੋ ਨੂੰ ਰਾਜ ਭਾਗ ਦੇਣਾ ਚਾਹੁੰਦਾ ਮੈਂ ਉਹਦੇ ਪ੍ਰਾਣ ਹੀ ਖਤਮ ਕਰ ਦਿਆਂਗਾ। ਤੇ ਜਦੋਂ ਮੈਂ ਕਹਿੰਦਾ ਵੀ ਦਾਰਾ ਸਕੋ ਨੂੰ ਹੀ ਮਾਰ ਦਿੱਤਾ ਤੇ ਫਕੀਰ ਸਰਮਦ ਫਿਰ ਤਖ਼ਤ ਦੇ ਕਿਹਨੂੰ ਬਿਠਾ ਲਊਗਾ ਜਦੋਂ ਦਾਰਾ ਸਕੋ ਮਰੀ ਗਿਆ। ਇਹ ਪਾਤਸ਼ਾਹ ਬਣਾਉਣ ਦੀ ਗੱਲ ਕਰਦੇ ਆ, ਦਾਰਾ ਸਕੋ ਨੂੰ ਤਾਂ ਲੱਭਿਆ ਉਹਦਾ ਖੋਜ ਨੀ ਲੱਭੂਗਾ, ਮੈਂ ਇਹੋ ਜਿਹੀ ਹਾਲਤ ਕਰਾਂਗਾ। ਆਪਣੇ ਆਪ ਵਿੱਚ ਜਿਹੜਾ ਸਰਮਦ ਵੱਡਾ ਦਰਵੇਸ਼ ਕਹਾਉਂਦਾ ਹੈ ਨਾ ਵੀ ਮੈਂ ਬਹੁਤਾ ਹੀ ਵੱਡਾ ਹਾਂ, ਝੂਠੇ ਬਾਗ ਚੰਗੀ ਤਰ੍ਹਾਂ ਕਹਿੰਦਾ, ਝੂਠੀਆਂ ਗੱਲਾਂ ਕਰਦਾ ਏ ਕਿ ਵੀ ਦਾਰਾ ਸਕੋ ਨੂੰ ਤਖ਼ਤ ਵੱਡਾ ਦੇਣਾ, ਇਹਦੇ ਕਹਿੰਦਾ ਮੈਂ ਹੁਣੇ ਹੀ ਮਾਰ ਦਿਆਂਗਾ ਇਸ ਦੇ ਤਾਈ। ਸੋ ਇਸ ਤਰ੍ਹਾਂ ਦਾਰਾ ਸਕੋ ਦੀ ਵਡਿਆਈ ਹੋਰ ਵੀ ਕਈ ਫਕੀਰ ਕਰਦੇ ਸੀ ਸਰਮਦ ਦੇ ਸਮੇਤ, ਉਹਨਾਂ ਦੇ ਬਾਰੇ ਸੁਣ ਸੁਣ ਕੇ ਔਰੰਗਜ਼ੇਬ ਬੜਾ ਸੜਦਾ ਬਲਦਾ, ਕਹਿੰਦਾ ਸਾਰੇ ਹੀ ਸਾਧ ਪਖੰਡ ਜਿਹਾ ਕਰਦੇ ਹਨ, ਤੇ ਸਾਰੇ ਦਾਰਸ਼ਕੋ ਦੀ ਸਹਾਇਤਾ ਕਰਦੇ ਨੇ, ਤੇ ਸਾਰਿਆਂ ਨੂੰ ਮੈਂ ਸਜ਼ਾ ਤਾਂ ਬਾਅਦ ਵਿੱਚ ਦਿਆਂਗਾ, ਇਹਨਾਂ ਨੂੰ ਤਾਂ ਫੇਰ ਵੇਖੂੰਗਾ ਜਿਹੜੇ ਕਹਿੰਦੇ ਵੀ ਦਾਰਸ਼ਕੋ ਨੂੰ ਪਾਤਸ਼ਾਹ ਕਰਨਾ ਹੈ। ਸਹੀਜੇ ਸਹੀਜੇ ਫੜ ਕੇ ਇਹਨਾਂ ਨੂੰ ਕੈਦ ਵਿੱਚ ਪਾ ਪਾ ਕੇ ਦੁਖੀ ਕਰਾਂਗਾ। ਇਸ ਤਰ੍ਹਾਂ ਜਦੋਂ ਇਹਨਾਂ ਫਕੀਰਾਂ ਦੇ ਸਰਮਦ ਦੇ ਬੋਲ ਸੁਣਦਾ ਸੀ ਤੇ ਔਰੰਗਜ਼ੇਬ ਦੁਸ਼ਟ ਦੁਖੀ ਹੁੰਦਾ, ਵਿਚਾਰਾਂ ਕਰਦਾ ਏ ਬਿਨਾ ਸ਼ਰ੍ਹਾਂ ਨਹਿ ਭਲਾ ਉਚਾਰੈ, ਤੇ ਇਸ ਤਰ੍ਹਾਂ ਕਹਿੰਦਾ ਇਹ ਵੀ ਸ਼ਰ੍ਹਾਂ ਮੰਨੇ ਤੋਂ ਬਿਨਾਂ ਕਿਸੇ ਦਾ ਭਲਾ ਨਹੀਂ ਹੋ ਸਕਦਾ, ਜਿਹੜਾ ਸ਼ਰ੍ਹਾਂ ਨਹੀਂ ਮੰਨਦਾ ਉਹਨੂੰ ਭਲਾ ਨਹੀਂ ਕਹਿੰਦਾ ਔਰੰਗਜ਼ੇਬ। ਆਪਣਾ ਜਿਹੜਾ ਚੱਲ ਆ ਆਪਣਾ ਹੁਕਮ ਸਾਰਿਆਂ ਦੇ ਵੱਡੇ ਤੋਂ ਵੱਡਾ ਲਾਗੂ ਕਰਾਉਂਦਾ ਏ, ਸਾਰਿਆਂ ਨੂੰ ਧੱਕੇ ਦੇ ਨਾਲ ਸਰਾ ਦੀ ਜਿਹੜੀ ਫਾਹੀ ਦੇ ਵਿੱਚ ਪਾਉਣਾ ਚਾਹੁੰਦਾ ਏ। ਕੋਈ ਹਿੰਦੂ ਹੈ ਕੋਈ ਤੁਰਕ ਹੈ, ਗੱਲ ਕੀ ਜਿੰਨੇ ਵੀ ਸੰਤ ਹਨ ਭਾਵੇਂ ਕਿਸੇ ਵੀ ਧਰਮ ਦੇ ਨੇ, ਉਹ ਸਾਰੇ ਹੀ ਦਾਰਾ ਸ਼ਕੋ ਦੀ ਸਲਾਹਨਾ ਕਰਦੇ ਸਨ। ਤੇ ਸੁਣ ਸੁਣ ਕੇ ਔਰੰਗਜ਼ੇਬ ਕਿਸੇ ਤਰ੍ਹਾਂ ਵੀ ਸਹਾਰਦਾ ਨਹੀਂ ਹੈ। ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਵੀ ਭਾਵੇਂ ਚੜ ਜਾਵੇ ਪਰ ਚਕਵੇ ਨੂੰ ਨੀ ਚੰਗਾ ਲੱਗਦਾ, ਕਿਉਂਕਿ ਉਹਨੂੰ ਸੂਰਜ ਦੇ ਨਾਲ ਹੀ ਪ੍ਰੇਮ ਹੈ। ਇਸ ਤਰ੍ਹਾਂ ਕਹਿੰਦੇ ਕਈ ਵਾਰ, ਇੱਕ ਵਾਰ ਨੀ ਕਈ ਵਾਰ ਸਰਮਦ ਫਕੀਰ ਨੂੰ ਫੜ ਕੇ ਲਿਆਂਦਾ ਗਿਆ, ਤੇ ਬਹੁਤ ਤਰੀਕਿਆਂ ਨਾਲ ਸਮਝਾ ਸਮਝਾ ਕੇ ਆਪਣੇ ਵਸ ਕਰਨਾ ਚਾਹੁੰਦੇ ਹਨ, ਪਰ ਸ਼ਰ੍ਹਾਂ ਦੇ ਕਾਨੂੰਨ ਨੂੰ ਇਹਨਾਂ ਦੇ ਹੁਕਮ ਨੂੰ ਹੀ ਫਕੀਰ ਸਰਮਦ ਮੰਨਦਾ, ਤੇ ਬਹੁਤ ਵੱਡੇ ਤੋਂ ਵੱਡਾ ਮਸਤਾਨਾ ਹੋ ਕੇ ਆਨੰਦ ਦੇ ਵਿੱਚ ਰਹਿੰਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਇਹ ਸਰਮਦ ਫਕੀਰ ਦਾ ਹਾਲ ਕਵੀ ਜੀ ਦੱਸ ਰਹੇ ਨੇ ਵੀ ਔਰੰਗਜ਼ੇਬ ਨੇ ਕਈ ਵਾਰ ਇਹਨੂੰ ਕੈਦ ਵਿੱਚ ਪਾਇਆ, ਕਈ ਵਾਰ ਕੈਦ ਖਾਨੇ ਖੜਿਆ ਪਰ ਇਹ ਨਹੀਂ ਮੰਨਿਆ, ਇਹ ਉਹਨਾਂ ਦੇ ਥੱਲੇ ਨਹੀਂ ਲੱਗਾ, ਡਰਿਆ ਨਹੀਂ, ਬੇਪਰਵਾਹੀ ਵਿੱਚ ਰਿਹਾ ਹੈ। ਅਤੇ ਜਿਸ ਤਰ੍ਹਾਂ ਬੇਪਰਵਾਹੀ ਦੇ ਹੋਰ ਕਈ ਇਹਦੇ ਬਚਨ ਆਉਂਦੇ ਨੇ ਸਰਮਦ ਫਕੀਰ ਦੇ, ਇਹ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਇਸ ਮਹਾਨ ਰੱਬੀ ਆਤਮਾ ਦੇ ਭਲੇ ਪੁਰਖ ਦੇ ਜਿਵੇਂ ਸੰਤਾਂ ਸਾਧੂਆਂ ਦੀ ਸੰਗਤ ਕਰਕੇ ਅਤੇ ਆਨੰਦ ਮਾਣਿਆ,
ਜਿਵੇਂ ਬੇਪਰਵਾਹੀ ਦੇ ਵਿੱਚ ਵਿਚਰਿਆ। ਇਹ ਸਾਖੀ ਕਹਿੰਦਿਆਂ ਕਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਦੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਬੈਠ ਬਹੁਤ ਕਈ ਵਾਰ ਸ਼ਰਮਤ ਕੋ ਗਹਿਓ, ਬਹੁਵਿਧ ਤੇ ਸਮਝਾਵਰ ਚਹਿਓ, ਨਹੀਂ ਸ਼ਰਾ ਕੀ ਮਨ ਕਾਨ, ਮਨ ਮਸਤਾਨਾ ਮਹਿਦ ਮਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧ ਕੋਬ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਖਲੇ ਪਾਰ, ਜੋ ਸ਼ਰਧਾ ਕਰ ਸੇਵ ਦੇ ਵਾਹਿਗੁਰੂ ਭਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।